मैं तेन एक गल दसना चाहना भाई कमल तुहाडे कोल खड़ा है जो पिछले एतवार गए बहुत लेट गए इन मैं एक गल कही मैं भी तू जो भी काम करेगा पहला प्रभु दे कट के रख यही कहा तेन इतना कहा बोल के दसो हाँ जी तुसी रखे हाँ जी रखन तो बाद की होया रखन तो बाद काम चलना पिया काम नहीं चलना तो उदू बाद होर की होया कारण की है जब असि आग्ञाकारी करते हैं अधीनगी जाने उदो सब कुछ मिल जे असि भाई अपनी मर्जी करते हैं फिर सानू कुछ भी नहीं मिलता हालेलुया यही कारण है कि चर्च के अंदर जब कहा जाए तो कतारा बन के बैठ जाओ चौकड़ियां मार के बैठ जाओ तो कई बार असि फॉलो करते हैं कई बार असि फॉलो नहीं करते हालेलुया अज बहुत सारे लोग पवित्र आत्मा तो बांझे आ अभिषेक तो बांझे आ ਉਹਦਾ ਕਾਰਨ ਕੀ ਆ ਜਦ ਪਰਿਸਥਿਤੀ ਆਉਂਦੀ ਹਾਲਾਤ ਆਉਂਦੇ ਆ ਉਦੋਂ ਅਸੀਂ ਕੀ ਆ ਜਗ੍ਹਾ ਛੱਡ ਕੇ ਬਾਹਰ ਕਿਉਂ ਜਾਂਦੇ ਹਾਲੇਲੂਇਆ ਹਾਲੇਲੂਇਆ ਕਲਾਮ 'ਚ ਲਿਖਿਆ ਜਦ ਅਸਹਾਇਤ ਨੇ ਆਉਣਾ ਸੀ ਉਦੋਂ ਬੜੇ ਲੋਕ ਇਕੱਠੇ ਹੋਏ ਪਰ ਰਹਿ ਕਿੰਨੇ ਗਏ 120 ਇਹਨਾਂ ਦੇ ਗਏ 120 ਕਿਸੇ ਨੂੰ ਵਾਸ਼ਰੂਮ ਆ ਗਿਆ ਕਿਸੇ ਨੂੰ ਜ਼ਰੂਰੀ ਕੰਮ ਆ ਗਿਆ ਕਿਸੇ ਦੇ ਪਰਿਵਾਰ ਵਿੱਚ ਉਸ ਤੋਂ ਲਮਾਸ ਹੋ ਗਈ ਕਿਸੇ ਤੋਂ ਬੈਠਣ ਹੋਇਆ ਪਰ ਜਿਹੜੇ 120 ਟਿਕੇ ਰਹੇ ਤਾਂ ਕਿੱਦਾਂ ਹੋ ਗਏ ਅੱਗ ਨਾਲ ਭਰ ਗਏ ਅੱਜ ਵੀ ਜਦ ਟਾਈਮ ਆਉਂਦਾ ਬੰਦਗੀ ਦੇ ਅਸੀਂ ਐਂਡ ਤੇ ਜਾਂਦੇ ਹਾਂ ਤੇ ਕੀ ਆ ਸ਼ੈਤਾਨ ਸਾਡੇ ਖਾਜ ਕਰਨ ਲੱਗ ਪੈਂਦਾ ਕਦੀ ਇੱਥੇ ਖਾਜ ਆ ਗਈ ਕਦੀ ਪੈਰ ਸੌਂ ਗਿਆ ਕਦੀ ਹੱਥ ਸੌਂ ਗਿਆ ਕੀ ਆ ਕਿ ਸਾਨੂੰ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਅਸੀਂ ਘੰਟਾ ਦੋ ਘੰਟੇ ਵਰਸ਼ਿਪ ਆਰਾਧਨਾ ਕਰਦੇ ਹਾਂ ਖੁਦਾ ਦੀ ਹਜ਼ੂਰੀ ਨੂੰ ਬਣਾਉਂਦੇ ਹਾਂ ਵਾਚ ਕੀ ਆਪੇ ਅਸੀਂ ਖਰਾਬ ਕਰ ਉੱਠ ਕੇ ਬਾਹਰ ਨੂੰ ਚਲ ਜਾਂਦੇ ਉੱਠ ਕੇ ਅੰਦਰ ਨੂੰ ਚਲ ਜਾਂਦੇ ਆ ਉੱਠ ਨੂੰ ਵਾਸ਼ਰੂਮ ਕੀ ਹਾਂ ਠੀਕ ਹੈ ਚਲੋ ਵਾਸ਼ਰੂਮ ਜਾਣਾ ਜ਼ਰੂਰੀ ਆ ਬਾਕੀ ਕੰਮ ਤਾਂ ਨਹੀਂ ਕੋਈ ਜ਼ਰੂਰੀ ਮੰਨ ਲਓ ਅਸੀਂ ਰਾਜਸਥਾਨ ਦੇ ਅੰਦਰ ਹੋ ਰਹੀ ਹੈ ਸਾਨੂੰ ਦੋ ਦਿਨ ਪਾਣੀ ਤੋਂ ਬਿਨਾਂ ਰਹਿਣਾ ਉਹਦੇ ਤਾਂ ਕੀ ਗੱਲ ਅਸੀਂ ਨਾ ਰਵਾਂਗੇ ਉੱਥੇ ਕਿਹਦਾ ਗਲ ਘੁੱਟਾਂਗੇ ਕਿ ਸਾਨੂੰ ਪਾਣੀ ਦੇ ਪਤਾ ਹਾਲਾਤ ਹੀ ਇੱਦਾਂ ਦੇ ਨਹੀਂ ਮਿਲ ਇਹ ਸੋਚ ਕੇ ਦੇਖੋ ਕਿ ਅਸੀਂ ਬੰਦਗੀ ਦੇ ਵਿੱਚ ਬੈਠੇ ਹਾਂ ਹੁਣ ਕਿਹਦਾ ਸਮਾਂ ਪਰਮੇਸ਼ਰ ਕਲਾਮ 'ਚ ਲਿਖਿਆ ਜੇ ਤੁਸੀਂ ਉਹਦੇ ਵਚਨ ਤੋਂ ਡਰਦੇ ਤੇ ਕੰਬਦੇ ਨਹੀਂ ਹੈਗੇ ਫਿਰ ਕੀ ਆ ਤੁਸੀਂ ਪਰਮੇਸ਼ਵਰ ਦੇ ਵੈਰੀ ਹੋ ਹਾਲੇਲੂਇਆ ਹਾਲੇਲੂਇਆ ਜੇ ਅਸੀਂ ਡਰਦੇ ਆ ਤੇ ਕੰਬਦੇ ਆ ਉਹਦੇ ਵਿੱਚ ਬਣੇ ਰਹਿੰਦੇ ਹਾਲੇਲੂਇਆ ਹਾਲੇਲੂਇਆ ਆਓ ਜਸਾਇਆ ਦੀ ਇੱਕ ਮੈਂ ਆਇਤ ਪੜ੍ਹਾ ਕੇ ਤੁਹਾਨੂੰ ਦੱਸਦਾ ਹਾਂ ਇੱਕ ਆਇਤ ਪੜ੍ਹੋ ਜਿਨ੍ਹਾਂ ਦੇ ਕੋਲ ਬਾਈਬਲ ਆ ਪਲੀਜ਼ ਤੂੰ ਪੜ੍ਹ ਦਿਓ ਮੇਰੇ 66 ਪੜ੍ਹੋ ਉਹਦੀ ਇੱਕ ਵਾਕਤ ਪੜ੍ਹੋ ਦੇਖੋ ਪਰਮੇਸ਼ਰ ਕਿਹਨਾਂ ਲੋਕਾਂ ਤੇ ਨਿਗਾਹ ਕਰਦਾ ਹੈ ਪੜੋ ਯਹੋਵਾ ਇਹ ਆਖਦਾ ਹੈ ਕਿ ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਕੀ ਹੈ ਕੌਣ ਕਹਿੰਦਾ ਰੱਬ ਕਹਿੰਦਾ ਆਕਾਸ਼ ਮੇਰਾ ਸਿੰਘਾਸਨ ਹੈ ਤੇ ਧਰਤੀ ਮੇਰੇ ਪੈਰ ਰੱਖਣ ਦੀ ਕੋਈ ਇਨਸਾਨ ਤਾਂ ਨਹੀਂ ਕਹਿੰਦਾ ਪੜੋ ਪੜੋ ਉਹ ਭਵਨ ਫਿਰ ਕਿਹੋ ਜਿਹਾ ਹੋਵੇਗਾ ਉਹ ਭਵਨ ਫਿਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ ਜੋ ਤੁਸੀਂ ਮੇਰੇ ਲਈ ਬਣਾਓਗੇ ਅਤੇ ਮੇਰੇ ਆਰਾਮ ਆਰਾਮਗਾ ਫਿਰ ਕਿੱਥੇ ਹੋਵੇਗੀ ਮੇਰੀ ਆਰਾਮਗਾ ਫਿਰ ਕਿੱਥੇ ਹੋਵੇਗੀ ਰੱਬ ਕਹਿੰਦਾ ਸਵਰਗ ਵੀ ਮੇਰਾ ਜ਼ਮੀਨ ਵੀ ਮੇਰੀ ਤੁਸੀਂ ਮੇਰੇ ਲਈ ਭਵਨ ਕਿਹੋ ਜਿਹਾ ਬਣਾਓਗੇ ਜਿੱਥੇ ਮੈਂ ਆਰਾਮ ਕਰਾਂਗਾ ਹੁਣ ਸਾਨੂੰ ਤਾਂ ਟਿਕਾਈ ਨਹੀਂ ਆਉਂਦਾ ਸਾਨੂੰ ਖੁਦ ਨੂੰ ਟਿਕਾ ਨਹੀਂ ਆਉਂਦਾ ਤੇ ਰੱਬ ਸਾਡੇ ਵਿੱਚ ਆਰਾਮ ਕਿੱਥੋਂ ਆਣ ਕੇ ਕਰੇਗਾ ਜੇ ਕੋਈ ਜ਼ਿਆਦਾ ਬੰਦਾ ਸਿਰ ਖਾਵੇ ਤਾਂ ਆਪਾਂ ਕਹਿੰਦੇ ਜਾ ਭਰਾਵਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਤਾਂ ਆਪ ਪੰਗੇ 'ਚ ਫਸੇ ਹੋ ਤੇ ਜੇ ਮੰਨ ਲਓ ਰੱਬ ਸਾਡੇ ਕੋਲ ਆ ਜਾਵੇ ਤਾਂ ਰੱਬ ਕੀ ਕਹੂਗਾ ਅਸੀਂ ਰੱਬ ਨੂੰ ਕਿਹੜੇ ਘਰ ਵਿੱਚ ਰੱਖਾਂ ਕੀ ਰੇਤ ਮਿੱਟੀ ਦਾ ਬਣਾਇਆ ਹੋਇਆ ਕੋਨੇ ਵਿੱਚ ਘਰ ਜਾਂ ਲੋਕੜ ਦੇ ਦੁਆਰਾ ਗਲ ਵਿੱਚ ਪਾਇਆ ਹੋਇਆ ਜਾਂ ਕਿਸੇ ਪੇਂਟਰ ਦੀ ਚਿੱਤਰਕਾਰੀ ਕੀਤੀ ਉਹਦੇ ਵਿੱਚ ਰੱਬ ਨੂੰ ਅਸੀਂ ਇੱਕ ਜਗ੍ਹਾ ਤੇ ਜੜ ਦੇ ਮੰਨ ਅਸੀਂ ਕੀ ਹਾਂ ਪਰਮੇਸ਼ਰ ਦੇ ਰੱਬ ਕਿੱਥੇ ਰਹਿਣਾ ਚਾਹੁੰਦਾ
ਤੇ ਪਰ ਸਾਨੂੰ ਖੁਦ ਨੂੰ ਟਿਕਾ ਨਹੀਂ ਹੈਗਾ ਤੇ ਫਿਰ ਰੱਬ ਸਾਡੇ ਵਿੱਚ ਆਏਗਾ। ਹਾਂਜੀ ਪੜੋ। ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਕਹਿੰਦਾ ਇਹ ਸਾਰੀਆਂ ਇਨਸਾਨ ਤੋਂ ਲੈ ਕੇ ਜੋ ਜ਼ਮੀਨ ਉੱਤੇ ਰਚਿਆ ਗਿਆ, ਜੋ ਜ਼ਮੀਨ ਉੱਤੇ ਹੈ, ਕਹਿੰਦਾ ਇਹ ਸਾਰੀਆਂ ਚੀਜ਼ਾਂ ਮੇਰੀਆਂ ਬਣਾਈਆਂ ਹੋਈਆਂ। ਅੱਜ ਇਨਸਾਨ ਕੀ ਕਹਿੰਦਾ, ਪੈਸੇ ਕਮਾਉਂਦਾ, ਕਮਾ ਕੇ ਰੱਬ ਦੇ ਘਰ ਵਿੱਚ ਲਾਉਂਦਾ, ਤੇ ਨਾਲ ਕੀ ਕਹਿੰਦਾ ਪੱਥਰ ਉੱਤੇ ਨਾਂ ਲਿਖ ਕੇ ਇਹ ਫਲਾਨੇ ਸਿੰਘ ਨੇ ਕੀ ਕੀਤਾ ਆ, ਸੇਵਾ ਕਰਵਾਉਂਦਾ। ਉਹ ਸਾਰਾ ਕੁਛ ਤਾਂ ਰੱਬ ਨੇ ਸਾਨੂੰ ਦਿੱਤਾ, ਫਿਰ ਅਸੀਂ ਆਪਣੇ ਨਾਮ ਨੂੰ ਅਹਿਮੀਅਤ ਕਾਹਤੋਂ ਦਿੰਦੇ? ਠੀਕ ਹੈ, ਸੇਵਾ ਕਰਾਈ, ਧੰਨਵਾਦ ਪ੍ਰਭੂ, ਤੈ ਦਿੱਤਾ ਸੀ ਤੇਰੇ ਘਰ ਵਿੱਚ ਲਾ। ਗੱਜ ਕੀ ਆ, ਬੰਦਾ ਰੱਬ ਨੂੰ ਮਹਿਮਾ ਦੇਣ ਦੀ ਬਜਾਏ ਆਪਣੇ ਆਪ ਨੂੰ ਮਹਿਮਾ ਦੇ ਰਿਹਾ। ਮੈਂ ਜਹਾਜ਼ ਬਣਾਤਾ, ਮੈਂ ਆਹ ਘਰ ਬਣਾਤਾ, ਉਹ ਕਹਿੰਦਾ ਸਭ ਕੁਛ ਤਾਂ ਮੇਰਾ ਆ, ਤੂੰ ਆਪਣੇ ਲਈ ਸਭ ਕੁਛ ਬਣਾ ਲਿਆ, ਮੇਰੇ ਲਈ ਕੀ ਬਣਾਇਆ? ਅੱਜ ਅਸੀਂ ਫੈਸ਼ਨਦਾਰ ਕੱਪੜੇ ਪਾਉਂਦੇ ਆ, ਦੇਖਣ ਵਾਲਾ ਕੀ ਕਹਿੰਦਾ ਬਹੁਤ ਵਧੀਆ, ਬਹੁਤ ਸੋਹਣਾ ਸੂਟ ਪਾਇਆ, ਬਹੁਤ ਸੋਹਣੇ ਵਾਲ ਕਟਾਏ, ਬਹੁਤ ਸੋਹਣੀ ਦਾੜੀ ਰੱਖੀ ਆ। ਕੀ ਰੱਬ ਸਾਡੇ ਕੱਪੜਿਆਂ ਨੂੰ ਦੇਖ ਕੇ ਸਾਨੂੰ ਸਵਰਗ ਵਿੱਚ ਲੈ ਜਾਏ? ਸਾਡੇ ਕੱਪੜੇ ਦੇਖ ਕੇ ਸਾਨੂੰ ਸਵਰਗ ਵਿੱਚ ਲੈ ਜਾਊਗਾ? ਕੀ ਦੇਖੇਗਾ ਸਾਡਾ? ਚੰਗੇ ਕੰਮ ਸਾਡਾ ਮਨ ਦੇਖੇਗਾ। ਯੋਗਾ ਕਹਿੰਦਾ ਮੈਂ ਅੰਦਰੋਂ ਹੀ ਹੋਣਾ, ਅਸੀਂ ਤਾਂ ਇੱਕ ਦੂਸਰੇ ਨੂੰ ਬਾਹਰੋਂ ਦੇਖਦੇ। ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦੀ? ਮੰਮੀ ਪਾਪਾ ਡੈਡੀ ਚਾਚਾ ਤਾਇਆ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ? ਸਾਡਾ ਮੋਬਾਈਲ ਫੋਨ, ਸਾਡੀ ਆਈਡੀ, ਸਾਡਾ ਵਧੀਆ ਘਰ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ? ਸਾਡੀ ਵਧੀਆ ਬਾਈਕ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ? ਫਿਰ ਕੌਣ ਲੈ ਕੇ ਜਾ ਸਕਦਾ? ਬੋਲੋ ਹਾਲੇਲੂਇਆ। ਕੌਣ ਲੈ ਕੇ ਜਾਏਗਾ ਸਾਨੂੰ ਸਵਰਗ ਵਿੱਚ? ਪਰਮੇਸ਼ਵਰ ਦੀ ਆਗਿਆ ਕਰ। ਮੰਨ ਲਓ ਜੇ ਕਿਸੇ ਵਿਦੇਸ਼ ਵਿੱਚ ਜਾਣਾ ਹੋਵੇ, ਸਾਡੇ ਕੋਲ ਪਾਸਪੋਰਟ ਦਾ ਹੋਣਾ ਬਹੁਤ ਉਹਦੇ ਨਾਲ ਕੀ ਹੈ, ਇਕੱਲਾ ਪਾਸਪੋਰਟ ਸਾਨੂੰ ਲੈ ਜਾਏਗਾ? ਉਹਦੇ ਤੇ ਵੀਜ਼ਾ ਲੱਗਣਾ ਵੀ, ਟਿਕਟ ਦਾ ਹੋਣਾ ਵੀ। ਤੇ ਜੇ ਕਹੀਏ ਇਕੱਲਾ ਪਾਸਪੋਰਟ ਵੀਜ਼ਾ ਟਿਕਟ ਸਾਨੂੰ ਲੈ ਜਾਏਗਾ, ਨਹੀਂ ਉਹਦੇ ਲਈ ਪਲੇਨ ਦਾ ਹੋਣਾ ਵੀ। ਹਾਲੇਲੂਇਆ। ਤੇ ਜੇ ਅਸੀਂ ਸਵਰਗ ਵਿੱਚ ਜਾਣਾ ਆ ਤੇ ਸਾਡੇ ਅੰਦਰ ਪਰਮੇਸ਼ਵਰ ਦਾ ਹੋਣਾ ਬਹੁਤ, ਪਵਿੱਤਰ ਆਤਮਾ ਦਾ ਹੋਣਾ ਬਹੁਤ, ਆਗਿਆਕਾਰੀ ਦਾ ਹੋਣਾ ਬਹੁਤ, ਅਧੀਨਗੀ ਦਾ ਹੋਣਾ ਬਹੁਤ। ਅਸੀਂ ਕਹਿੰਦੇ ਹਾਂ ਰੱਬ ਮੇਰੇ ਕੋਲ ਹੀ ਰਹਿੰਦਾ, ਰੱਬ ਸਾਡੇ ਕੋਲ ਗੇੜਾ ਹੀ ਕੱਢ ਕੇ ਜਲਦਾ, ਸਾਡੇ ਵਿੱਚ ਨਹੀਂ ਹੁੰਦਾ, ਕਿਉਂਕਿ ਅਸੀਂ ਦਿਲ ਦਾ ਦਰਵਾਜ਼ਾ ਖੋਲਦੀ, ਅਸੀਂ ਆਪਣਾ ਫੋਨ ਸਾਂਭ ਕੇ ਰੱਖਦੇ ਹਾਂ ਜਿਹੜਾ ਸਾਨੂੰ ਐਤਵਾਰ ਦੀ ਐਤਵਾਰ ਖੁਦਾ ਦਾ ਵਚਨ ਬਾਈਬਲ ਦੇ ਵਿੱਚੋਂ ਮਿਲਦਾ, ਉਹਨੂੰ ਸਾਂਭ ਕੇ ਨਹੀਂ ਰੱਖਦਾ। ਕੀ ਕਹਿੰਦੇ ਫੋਨ ਤੇ 10,000 ਲੱਗਾ, 20,000 ਲੱਗਾ ਆ ਫੋਨ, ਕਹਿੰਦੇ ਦਾ 10,000 ਜਾਂ 20,000 ਦਾ, ਜਿਹੜੀ ਬਾਈਬਲ ਸਾਰੀ 2,250 ਜਿਹਦੇ ਵਿੱਚ ਜ਼ਿੰਦਗੀ ਹੈ। ਸ਼ਰਾਬ ਲੋਕ ਮੁੱਲ ਲੈਣ ਜਾਂਦੇ ਆ, ਪਰ ਜਿਹੜੀ ਤਾਕਤਵਰ ਚੀਜ਼ ਆ ਉਹ ਘਰ ਘਰ ਫਿਰ ਕੇ ਵਿੱਚ ਨਹੀਂ ਪੀਂਦੇ, ਦੂਜੀ ਕਿੱਦਾਂ ਦੁੱਧ ਵੇਚਦੇ, ਘਰ ਘਰ ਜਾ ਕੇ ਪੀਂਦੇ ਵਿਚਾਰੇ। ਕੀ ਕਹਿੰਦੇ ਭਾਈ ਸਾਨੂੰ ਘਰੇ ਦੇ ਨਹੀਂ, ਸਾਡਾ ਟਾਈਮ ਹੈ ਨਹੀਂ, 10-20 ਹਜ਼ਾਰ ਦੀ ਚੀਜ਼ ਅਸੀਂ ਬਾਜ਼ਾਰੋਂ ਮੁੱਲ ਲੈਣ ਜਾਂਦੇ ਹਾਂ, ਜਿਹੜਾ ਕਲਾਮ ਹੈ ਮੁੱਲ ਨਹੀਂ ਮਿਲਦਾ, ਇਹ ਕੀ ਹੈ ਬਿਲਕੁਲ ਫ੍ਰੀ। ਹਾਲੇਲੂਇਆ। ਉਹ ਕਹਿੰਦਾ ਤੂੰ ਮੇਰੇ ਲਈ ਕਿਹੋ ਜਿਹਾ ਘਰ ਬਣਾਏਗਾ ਜਿੱਥੇ ਮੈਂ ਆਣ ਕੇ ਰਹਿ ਸਕਾਂ, ਤੇਰੇ ਨਾਲ ਗੱਲਾਂ ਕਰਾਂ। ਪ੍ਰਕਾਸ਼ਿਤ ਵਾਕਿਆ ਚ ਲਿਖਿਆ ਪ੍ਰਭੂ ਯਿਸੂ ਮਸੀਹ ਸਾਡੇ ਦਿਲ ਦੇ ਦਰਵਾਜ਼ੇ ਤੇ ਖੜੇ ਆ। ਉਹ ਕਹਿੰਦੇ ਦਰਵਾਜ਼ਾ ਦੇ ਹੋਰ ਭਾਈ, ਇੱਕ ਭਜਨ ਗਾਉਂਦੇ ਹੁੰਦੇ ਆਪਾਂ, ਬੇਖਾ ਗੁਫਲਤ ਦੀ ਚਾਦਰ ਤਾਣ ਕੇ ਬਾਜਾ ਮਾਰਦਾ ਤੈਨੂੰ ਯਿਸੂ ਨਾਸਰੀ, ਤੇਰੇ ਦਿਲ ਦੇ ਗੁਫੇ ਤੇ ਉਹ ਆਵਾਜ਼ ਦੇ ਰਿਹਾ, ਪਰ ਅਸੀਂ ਦਿਲ ਦਾ ਦਰਵਾਜ਼ੇ ਖੋਲਦੇ, ਕਿਉਂਕਿ ਦਰਵਾਜ਼ਾ ਕਿਉਂ ਆ, ਦਰਵਾਜ਼ਾ ਅਸੀਂ ਅੰਦਰੋਂ ਲਾਇਆ ਗਿਆ।
ਕਿਉਂਕਿ ਸ਼ੈਤਾਨ ਕਹਿੰਦਾ ਜੇ ਪ੍ਰਭੂ ਯਿਸੂ ਮਸੀਹ ਦੀ ਇਹਦੀ ਜ਼ਿੰਦਗੀ 'ਚ ਆ ਗਿਆ ਇਹਦਾ ਤਾਂ ਜੀਵਨ ਬਦਲ ਜੂਗਾ, ਇਹਦਾ ਅਨੰਤ ਜੀਵਨ ਪ੍ਰਾਪਤ ਕਰ। ਹਾਲੇਲੂਯਾ। ਹਾਲੇਲੂਯਾ। ਅਸੀਂ ਆਪਣਾ ਸਭ ਕੁਝ ਬਣਾਉਂਦੇ ਆ ਪਰ ਪਰਮੇਸ਼ਰ ਲਈ ਅਸੀਂ ਕੁਝ ਵੀ ਨਹੀਂ ਕਰ ਪਾਉਂਦੇ। ਹਾਲੇਲੂਯਾ। ਹਾਲੇਲੂਯਾ। ਅੱਜ ਸਾਡਾ ਆਤਮਿਕ ਘਰ ਕੀ ਆ, ਠੀਕ ਨਹੀਂ ਹੈਗਾ। ਹਾਲੇਲੂਯਾ। ਉਤਪਤ ਸਾਰ ਦੇ ਵਿੱਚ ਲਿਖਿਆ ਜਿਹੜਾ ਆਤਮਾ ਪਾਣੀਆਂ ਦੇ ਉੱਤੇ ਮੰਡਰਾਉਂਦਾ ਸੀ ਕੰਮ ਨਹੀਂ ਸੀ ਕਰ ਰਿਹਾ। ਪਵਿੱਤਰ ਆਤਮਾ ਪਾਣੀਆਂ ਦੇ ਉੱਤੇ ਸਿਰਫ ਮੰਡਰਾਉਂਦਾ ਸੀ, ਕੋਈ ਕੰਮ ਨਹੀਂ ਸੀ ਕਰਦਾ। ਕੰਮ ਕਦੋਂ ਕੀਤਾ? ਜਦ ਪਰਮੇਸ਼ਵਰ ਨੇ ਉਹਨੂੰ ਹੁਕਮ ਦਿੱਤਾ। ਅੱਜ ਵੀ ਪਵਿੱਤਰ ਆਤਮਾ ਸਾਡੇ ਉੱਤੇ ਮੰਡਰਾਉਂਦਾ ਹੀ ਆ, ਅਸੀਂ ਪਵਿੱਤਰ ਆਤਮਾ ਨਾਲ ਭਰੇ ਨਹੀਂ। ਆਉਂਦਾ ਹੈ ਸਾਨੂੰ ਛੂ ਕੇ ਮਾੜਾ ਮੋਟਾ ਟੱਚ ਕਰਕੇ ਚਲਾ ਜਾਂਦਾ। ਕੰਮ ਉਦੋਂ ਕਰਨਾ ਆ ਜਿਆਦਾ ਦਿਲ ਵਾਲਾ ਆਹ ਮੰਦਰ ਖਾਲੀ ਹੋਇਆ। ਹਾਲੇਲੂਯਾ। ਹਾਲੇਲੂਯਾ। ਆਹ ਮੰਦਰ ਖਾਲੀ ਹੋਇਆ। ਹਾਲੇਲੂਯਾ। ਹਾਲੇਲੂਯਾ। ਇਹ ਮੰਦਰ ਹਾਲੇ ਬਲੌਕ ਹੋਇਆ। ਹਾਲੇਲੂਯਾ। ਹਾਲੇਲੂਯਾ। ਇਸ ਮੰਦਰ ਨੂੰ ਖਾਲੀ ਕਰਨ ਦੀ ਜ਼ਰੂਰਤ। ਅੱਜ ਇਨਸਾਨ ਚਿੰਤਾ ਕਰਦਾ ਮੇਰੇ ਬੱਚੇ ਮੇਰਾ ਘਰ। ਖੁਦਾ ਦਾ ਦਾਸ ਰੋਬਨ ਦਰਦੀ ਮਰਿਆ ਕਿ ਉਹ ਨਾਲ ਲੈ ਗਿਆ ਆਪਣੇ ਬੱਚੇ, ਕਿ ਉਹ ਆਪਣਾ ਘਰ ਨਾਲ ਲੈ ਗਿਆ, ਆਪਣਾ ਫੋਨ ਨਾਲ ਲੈ ਗਿਆ, ਕੁਛ ਵੀ ਨਾਲ ਲੈ ਗਿਆ, ਪਰ ਕੀ ਉਹਦੇ ਨਾਲ ਗਿਆ? ਖੁਦਾ ਦਾ ਕਲਾਮ। ਹਾਲੇਲੂਯਾ। ਕੀਤੀ ਹੋਈ ਸੇਵਾ ਉਹਦੀ ਉਹਦੇ ਨਾਲ ਗਈ। ਹਾਲੇਲੂਯਾ। ਅੱਜ ਵੀ ਸਾਡੀ ਵੀ ਸੇਵਾ ਹੀ ਕੀਤੀ ਹੋਈ ਨਾਲ ਜਾਊਗੀ। ਅੱਜ ਬੰਦਾ ਬੈਂਕ 'ਚ ਪੈਸਾ ਪਿਆ ਤੇ ਉਹਦੀ ਚਿੰਤਾ ਕਰਦਾ ਕਿਤੇ ਲੈ ਵੀ ਟੈਕਸ ਲੱਗਦਾ ਨਾ, ਤਾਂ ਸਾਡਾ ਵਧੀਆ ਫੋਨ ਸਾਨੂੰ ਬਚਾਵੇਗਾ ਨਾ ਸਾਡਾ ਪੈਸਾ ਸਾਨੂੰ ਬਚਾਵੇਗਾ। ਬਚਾਵੇਗਾ ਤੇ ਕੌਣ? ਕੌਣ ਬਚਾਵੇਗਾ? ਪ੍ਰਭੂ ਯਿਸੂ ਮਸੀਹ ਬਚਾਵੇਗਾ। ਹਾਲੇਲੂਯਾ। 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 ਇਸ ਲਈ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਨੀ ਆ ਤੇ ਪਰਮੇਸ਼ਵਰ ਕਿਹਨਾਂ ਲੋਕਾਂ ਉੱਤੇ ਨਿਗਾਹ ਕਰਨੀ ਚਾਹੁੰਦਾ। ਹਾਂਜੀ ਅੱਗੇ ਪੜ੍ਹੀਏ। ਕਿਹਦਾ ਵਾਕਿਆ? ਕਿਹਦਾ ਵਾਕਿਆ? ਯਹੋਵਾ ਦਾ ਮਤਲਬ ਪਰਮੇਸ਼ਵਰ, ਰੱਬ। ਰੱਬ ਦਾ ਵਾਕਿਆ ਇਨਸਾਨ ਦੀ ਬਾਣੀ ਨਹੀਂ, ਕਿਹਦੀ ਬਾਣੀ ਆ? ਪਰਮੇਸ਼ਰ ਦੀ ਬਾਣੀ, ਰੱਬ ਦੀ ਬਾਣੀ। ਉਹ ਇਹ ਗੱਲਾਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਇਹ ਗੱਲਾਂ। ਹਾਲੇਲੂਯਾ। ਹਾਂਜੀ ਅੱਗੇ ਪੜ੍ਹਦੇ ਹੋ। ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਅਧੀਨ ਉੱਤੇ, ਨਿਮਰ ਆਤਮਾ ਵਾਲੇ ਉੱਤੇ। ਹਾਲੇਲੂਯਾ। ਹੁਣ ਅਸੀਂ ਅਧੀਨ ਹੋਣਾ ਨਹੀਂ ਚਾਹੁੰਦੇ। ਹਾਲੇਲੂਯਾ। ਪਰਮੇਸ਼ਰ ਕਹਿੰਦਾ ਮੈਂ ਉਹਦੇ ਉੱਤੇ ਨਿਗਾਹ ਰੱਖਾਂਗਾ ਜਿਹੜਾ ਅਧੀਨ ਹੈ ਤੇ ਨਿਮਰ ਆਤਮਾ ਵਾਲਾ। ਹੁਣ ਇਹ ਅਸੀਂ ਦੇਖਣਾ ਕਿ ਜੇ ਰੱਬ ਦੀ ਆਪਣੇ ਉੱਤੇ ਆਪਾਂ ਕੀ ਕਿਸੇ ਨੂੰ ਉੱਠੇ, ਰੱਬਾ ਸਾਡੇ ਉੱਤੇ ਨਿਗਾਹ ਰੱਖ। ਇਹ ਕਹਿੰਦੇ ਤੇ ਕਲਾਮ ਦਾ ਕਹਿੰਦਾ ਜੇ ਤਾਂ ਅਸੀਂ ਨਿਮਰ ਹੈ, ਅਧੀਨ ਆ, ਫਿਰ ਉਹਦੀ ਸਾਡੇ ਤੇ ਨਿਗਾਹ ਆ। ਜੇ ਇਹ ਚੀਜ਼ਾਂ ਸਾਡੇ ਵਿੱਚ ਹੈ ਨਹੀਂ ਤਾਂ ਰੱਬ ਦੀ ਸਾਡੇ ਤੇ ਨਿਗਾਹ ਹੀ ਹੈ। ਮੈਨੂੰ ਰੋਗ ਨਾ ਲੱਗ ਜਾਵੇ, ਰੱਬ ਦਾ ਵਚਨ ਕਹਿੰਦਾ ਕੋਈ ਗੱਲ ਨੀ। ਕਦੇ ਬਹੁਤ ਸਾਰੇ ਲੋਕ ਅੱਜ ਬਾਈਬਲ ਨਹੀਂ ਪੜ੍ਹਦੇ, ਬਹੁਤ ਸਾਰੇ ਲੋਕ ਅੱਜ ਕੀ ਆ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਕਿਹੜਾ ਵਚਨ ਕਿੱਥੇ ਆ, ਕਿਉਂਕਿ ਉਹਨਾਂ ਨੇ ਬਾਈਬਲ ਖੋਲੀ ਨਹੀਂ ਹੁੰਦੀ। ਹਾਲੇਲੂਯਾ। ਮੈਂ ਦੱਸਦਾ 399 ਰੁਪਏ ਦਾ ਰੀਚਾਰਜ ਹੋ ਜਾਏਗਾ ਪਰ 250 ਦੀ ਬਾਈਬਲ ਨਹੀਂ ਲਿੱਤੀ ਜਾ ਸਕਦੀ। ਹਾਲੇਲੂਯਾ। ਵੀਰ ਦਾ ਫੋਨ ਆ ਜਾਏਗਾ ਪਰ ਬਾਈਬਲ ਨਹੀਂ ਆਏਗੀ। ਕਹਿੰਦੇ ਫੋਨ ਤੋਂ ਬਿਨਾਂ ਸਰਦਾ ਨਹੀਂ, ਮੈਂ ਕਹਿੰਦਾ ਐਪ ਤੋਂ ਬਿਨਾਂ ਨਹੀਂ ਸਰਦਾ, ਕਲਾਮ ਤੋਂ ਬਿਨਾਂ ਨਹੀਂ ਸਰਦਾ, ਕਿਉਂਕਿ ਫੋਨ ਤਾਂ ਸਾਡੇ ਇਹ ਖਤਮ ਖਰਾਬ ਹੋ ਸਕਦਾ ਪਰ ਆਹ ਕਦੀ ਖਰਾਬ ਨਹੀਂ ਹੋ ਸਕਦਾ। ਜ਼ਮੀਨ ਆਸਮਾਨ ਟਲ ਜਾਏਗਾ ਪਰ ਇਹ ਵਚਨ ਕਦੀ, ਜਿਹੜਾ ਉਹਦੇ ਵਚਨ ਤੋਂ ਕੰਬ। ਹਾਲੇਲੂਯਾ। ਅੱਜ ਤਾਂ ਅਸੀਂ ਵਚਨ ਤੋਂ ਡਰਦੇ ਨਹੀਂ, ਵਿਸ਼ਵਾਸੀ ਚਲੇ ਆ ਵੀ ਝੂਠ ਬੋਲ ਜਾਂਦੇ। ਹਾਲੇਲੂਯਾ। ਅੱਜ ਕੋਈ ਨਹੀਂ ਵਚਨ ਤੋਂ ਡਰਦਾ, ਰੱਬ ਨੂੰ ਮੰਨ ਕੇ ਵੀ ਸ਼ਰੇਆਮ ਪਾਪ ਕਰੀ ਜਾ ਰਹੇ। ਹਾਲੇਲੂਯਾ। 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 ਰੱਬ ਨੂੰ ਮੰਨ ਕੇ ਵੀ ਸ਼ਰੇਆਮ ਪਾਪ ਕਰਦੇ, ਕਿੱਥੇ ਗਿਆ ਸਾਡਾ ਡਰ? ਅਗਰ ਮੇਰੇ ਅਜ਼ੀਜ਼ੋ, ਮੇਰੇ ਭੈਣੋ ਤੇ ਭਰਾਓ, ਤੁਸੀਂ ਚਾਹੁੰਦੇ ਕਿ ਰੱਬ ਸਾਡੇ ਤੇ ਨਿਗਾਹ ਕਰੇ, ਫਿਰ ਸਾਨੂੰ ਕੀ ਹੈ? ਨਮਰ, ਅਧੀਨ ਹੋਣਾ।
फिर ही शैतान भजेगा, नहीं तो शैतान कोल ही खड़ा। वो कहना माड़ा जहा बंदगी तो बहर हो, कोई गल नहीं, उत्थे बड़े नारे नूरे मारे से, हुण ते ना मुलाकात कर लूं। हालेलुया हालेलुया। नम्र असीं तदी हो सकते जे असीं इस कलाम नूं पढ़ांगे, इहनूं जाणांगे। हालेलुया हालेलुया। अज लोकां दा विश्वास देखो किहो जिहा। हालेलुया। थोमा दे बारे पढ़दे प्रभु यीशु मसीह मुर्दा दे विचों जी उठ के आए। थोमा जिहड़ा प्रभु यीशु मसीह दे नाल सी, हुण मान लो मैं शुभम दे नाल आ, शुभम नूं मिलदे यकीन नहीं होणा होणा जी। ਇੱਥੇ ਥੋਮਾ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਹਾ। ਮਤੀ ਦੀ ਅੰਜੀਲ 20:24 ਅੱਜ ਕੱਢੀ। ਇਸ ਲਈ ਮੇਰੇ ਪੈਰਾਂ ਦੇ ਪ੍ਰਭੂ ਆਪਣੇ ਆਪ ਨੂੰ ਨਮਰ ਕਰੋ। ਹਲੀਮ ਦਾ ਬੱਚਾ ਅਗੂਆਂ ਦੇ ਅਧੀਨ ਹੋ ਜਾ। ਜੋ ਤੁਹਾਡਾ ਆਗੂ ਕਹਿੰਦਾ ਉਹ ਪਰਮੇਸ਼ੁਰ ਦੇ ਵਚਨ ਚੋਂ ਬੋਲੇਗਾ, ਬਾਹਰ ਨਹੀਂ ਬੋਲੇਗਾ। ਜਿਹੜਾ ਵਚਨ ਤੋਂ ਬਾਹਰ ਸਿੱਖਿਆ ਦਿੰਦਾ ਉਹ ਪਰਮੇਸ਼ੁਰ ਦੇ ਵੱਲੋਂ ਨਹੀਂ ਹੈ। ਹਾਲੇਲੂਯਾ। ਜਿਹੜਾ ਤੁਹਾਨੂੰ ਕੋ ਆਪਣੀਆਂ ਗੱਲਾਂ ਦੇ ਨਾਲ ਭਰਮਾਵੇ ਉਹ ਪਰਮੇਸ਼ਰ ਦੀ ਸਿੱਖਿਆ ਦੀ ਸਹੀ ਸਿੱਖਿਆ ਦੇ ਪਰਮੇਸ਼ਰ ਦੇ ਬਾਈਬਲ ਦੇ ਵਿੱਚੋਂ ਪਰਮੇਸ਼ਰ ਦੇ ਵਚਨ ਨੂੰ ਸਾਰੇ। ਹਾਲੇਲੂਯਾ ਹਾਲੇਲੂਯਾ। ਹਾਂਜੀ ਪੜ੍ਹਦੇ ਹੋ। ਅਤੇ ਜਦ ਦਸਾਂ ਨੇ ਇਹ ਸੁਣਿਆ ਤਾਂ ਉਹਨਾਂ ਦੋਹਾਂ ਭਰਾਵਾਂ ਉੱਤੇ ਖਿੱਚ ਗਏ। ਕਿੱਥੋਂ ਪੜ੍ਹਦੇ ਹੋ? 20:24। ਹਾਂ। ਅਤੇ ਜਦ ਦਸਾਂ ਨੇ ਇਹ ਸੁਣਿਆ ਤਾਂ ਉਹਨਾਂ ਦੋਹਾਂ ਭਰਾਵਾਂ ਉੱਤੇ ਖਿੱਚ ਗਏ। ਤਦ ਯਿਸੂ ਨੇ ਉਹਨਾਂ ਕੋਲ ਸੱਚ ਕੇ ਆਖਿਆ, ਅਗਰ ਕਿਸੇ ਕੋਲ ਬਾਈਬਲ ਨਹੀਂ ਹੈਗੀ ਪੰਜਾਬੀ ਦੀ ਤਾਂ ਲੈ ਸਕਦਾ, ਪੜ੍ਹ ਸਕਦਾ। ਪਰ ਉਹਨਾਂ 12 ਵਿੱਚੋਂ ਥੋਮਾ ਜਿਹੜਾ ਦਿਦੁਮਸ ਕਰਕੇ ਸੱਜਦਾ ਹੈ, ਜਦ ਯਿਸੂ ਆਇਆ ਤਾਂ ਉਹ ਉਹਨਾਂ ਦੇ ਨਾਲ ਨਾ ਸੀ। ਜਿਹੜਾ ਥੋਮਾ ਸੀਗਾ ਦਿਦੁਸ ਕਰਕੇ ਕਹਿਲਾਉਂਦਾ ਸੀਗਾ, ਜਦ ਪ੍ਰਭੂ ਯਿਸੂ ਮਸੀਹ ਕਬਰ ਦੇ ਵਿੱਚੋਂ ਬਾਹਰ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀਗਾ। ਹਾਂਜੀ। ਤਦ ਹੋਰ ਨਾ ਚੇਲਿਆਂ ਨੇ ਉਸ ਨੂੰ ਕਿਹਾ, ਹੋਰ ਨਾ ਚੇਲਿਆਂ ਨੇ ਉਹਨੂੰ ਕਿਹਾ, ਅਸੀਂ ਪ੍ਰਭੂ ਨੂੰ ਵੇਖਿਆ ਹੈ। ਅਸੀਂ ਪ੍ਰਭੂ ਨੂੰ ਦੇਖਿਆ। ਪਰ ਉਸ ਨੇ ਉਹਨਾਂ ਨੂੰ ਆਖਿਆ, ਉਸ ਨੇ ਉਹਨਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ। ਜਿੰਨਾ ਚਿਰ ਉਹਨਾਂ ਨੂੰ ਕੀ ਆਖਿਆ, ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਦੇਖਾਂ, ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਪਾਵਾਂ, ਉਹਦੀ ਬੱਖੀ ਵਿੱਚ ਆਪਣਾ ਹੱਥ ਨਾ ਵੜਾਂ, ਉਹਨਾਂ ਚਿਰ ਮੈਂ ਕਦੇ ਜਿੱਤੀ ਨਾ। ਹਾਲੇਲੂਯਾ। ਅੱਜ ਸਾਡਾ ਹਾਲ ਵੀ ਇਹੋ ਜਿਹਾ ਹੀ ਹੈ। ਇੱਕ ਭਾਈ ਜਾਂ ਭੈਣ ਗਵਾਹੀ ਦਿੰਦਾ, ਪ੍ਰਭੂ ਯਿਸੂ ਮਸੀਹ ਜਿੰਦਾ, ਕਹਿੰਦਾ ਮੈਂ ਤਾਂ ਦੇਖਿਆ ਹੀ ਨਹੀਂ। ਅੱਗੋਂ ਜਵਾਬ ਦਿੰਦਾ ਮੈਂ ਤਾਂ ਦੇਖਿਆ ਨਹੀਂ। ਇਹ ਭਾਈ ਨਾਲ ਗਵਾਹੀ ਦਿੰਦਾ ਮੈਂ ਰੱਬ ਨੂੰ ਵੀ, ਰੱਬ ਤੇਰਾ। ਉਹ ਕਹਿੰਦੇ ਕਿੱਥੇ ਹੈ ਰੱਬ, ਦਿਖਾ ਤਾਂ ਸਹੀ। ਜਦ ਮੇਰੇ ਭੈਣੋ ਦੇ ਪ੍ਰਭੂ ਰੱਬ ਕਿਸੇ ਵੀ ਰੇਤ ਮਿੱਟੀ ਦੇ ਬਣਾਏ ਹੋਏ ਘਰ ਦੇ ਵਿੱਚ ਨਹੀਂ ਰਹਿੰਦਾ, ਰੱਬ ਸਾਡੇ ਅੰਦਰ ਰਹਿਣਾ ਚਾਹੁੰਦਾ, ਇਹ ਬਾਈਬਲ ਦੱਸਦੀ। ਇੱਥੇ ਥੋਮਾ ਜਿਹੜਾ ਪ੍ਰਭੂ ਯਿਸੂ ਮਸੀਹ ਦਾ 12 ਚੇਲਿਆਂ ਦੇ ਵਿੱਚੋਂ ਇੱਕ ਚੇਲਾ ਸੀਗਾ, ਨਾਲ ਰਿਹਾ, ਉਹਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਗੱਲਾਂ ਕੀਤੀਆਂ, ਖਾਧਾ ਪੀਤਾ। ਉਹਦੇ ਚੇਲੇ ਕਹਿੰਦੇ, ਉਹਦੇ ਹੀ ਭਰਾ ਕਹਿੰਦੇ, ਕਹਿੰਦੇ ਯਿਸੂ ਜਿੰਦਾ ਹੋ ਗਿਆ। ਉਹ ਕਹਿੰਦਾ ਜਿੰਨਾ ਚਿਰ ਮੈਂ ਉਹਦੇ ਕਿੱਲਾਂ ਵਾਲੇ ਹੱਥਾਂ 'ਚ ਉਂਗਲਾਂ ਨਾ ਪਾ ਕੇ ਦੇਖਾਂ, ਉਹਦੀ ਬੱਖੀ ਵਿੱਚ ਆਪਣਾ ਹੱਥ ਨਾ ਪਾ ਕੇ ਦੇਖਾਂ, ਉਹਨਾਂ ਚਿਰ ਮੈਂ ਨਹੀਂ ਯਕੀਨ ਕਰਦਾ ਕਿ ਯਿਸੂ ਜਿੰਦਾ ਹੋ ਗਿਆ। ਅਸੀਂ ਵੀ ਅੱਜ ਕੀ ਕਹਿੰਦੇ ਹਾਂ, ਪਹਿਲਾਂ ਰੱਬ ਕਰਕੇ ਦਿਖਾ ਲਏ। ਔਰ ਰੱਬ ਨੇ ਤਾਂ ਕੀਤਾ ਹੋਇਆ, ਸਾਨੂੰ ਇਸ ਜ਼ਮੀਨ ਉੱਤੇ ਜੂਦੇ ਰੱਖਿਆ ਹੋਇਆ। ਆ ਜਿਹੜੇ ਜ਼ਿੰਦਗੀ ਦੇ ਸਾਹ ਬਖਸ਼ੇ ਆ, ਅੱਜ ਅਸੀਂ ਜੂੰਦਿਆਂ ਦੀ ਜ਼ਮੀਨ ਉੱਤੇ ਆ, ਵਧੀਆ ਅੰਨ ਪਾਣੀ ਖਾਂਦੇ ਆ, ਆਪਣੇ ਪਰਿਵਾਰ ਵਿੱਚ ਰਹਿੰਦੇ ਆ, ਇਹ ਪਰਮੇਸ਼ੁਰ ਦਾ ਹੀ ਕੀਤਾ ਹੋਇਆ। ਅਗਰ ਉਹ ਨਾ ਚਾਹਵੇ, ਉਹਦੀ ਦਇਆ ਨਾ ਹੋਵੇ, ਤਾਂ ਅਸੀਂ ਇੱਕ ਸਾਹ ਵੀ ਫਾਲਤੂ ਨਹੀਂ ਲੈ ਸਕਦੇ। ਹਾਲੇਲੂਯਾ ਹਾਲੇਲੂਯਾ। ਪਰ ਅਸੀਂ ਫਿਰ ਵੀ ਰੱਬ ਨੂੰ ਕਹਿੰਦੇ ਹਾਲੇਲੂਯਾ ਹਾਲੇਲੂਯਾ, ਤੈਂ ਸਾਡੇ ਲਈ ਕੀ ਕੀਤਾ। ਅਸੀਂ ਫਿਰ ਵੀ ਚਿੰਨ ਚਮਤਕਾਰ ਮੰਗਦੇ ਕਿ ਰੱਬਾ ਪਹਿਲਾਂ ਤੇਰਾ ਆਹ ਕੰਮ ਸਵਾਰ ਦੇ, ਫਿਰ ਮੈਂ ਤੇਰੀ ਮਹਿਮਾ ਕਰੂੰਗਾ। ਅੱਜ ਲੋਕ ਦਸਵੰਧ ਦੇਣ ਲੱਗੇ, ਕੀ ਕਹਿੰਦੇ ਆ, ਆਪਣਾ ਬੀਜ ਵੇਚਣ ਲੱਗੇ, ਕਹਿੰਦੇ ਪਹਿਲਾਂ ਰੱਬਾ ਕੰਮ ਦੇ ਫਿਰ ਮੈਂ ਤੈਨੂੰ ਦੇਵਾਂ। ਉਹ ਜਿਹੜਾ ਪਹਿਲਾਂ ਚੱਲਦਾ ਉਹ ਵੀ ਤਾਂ ਰੱਬ ਨੇ ਦਿੱਤਾ, ਜਿਹੜਾ ਪਹਿਲਾਂ ਮਿਲਿਆ ਉਹ ਵੀ ਤਾਂ ਰੱਬ ਨੇ ਦਿੱਤਾ, ਜਿਹੜੀ ਰੋਜ਼ ਦੀ ਤੂੰ ਰੋਟੀ ਖਾਣਾ ਉਹ ਵੀ ਤਾਂ ਉਹਦੀ ਕਿਰਪਾ ਦੇ ਨਾਲ ਹੀ ਆ। ਜੇ ਉਹ ਕਿਸੇ ਜੀਵ ਨੂੰ ਸਹੀ ਸਲਾਮਤ ਤੰਦਰੁਸਤੀ ਨਾਲ ਰੱਖੇ ਤਾਂ ਕਿੱਥੋਂ ਕਮਾ ਕੇ ਲੈ ਕੇ ਆਊਗਾ।
ਹਾਲੇਲੂਇਆ ਹਾਲੇਲੂਇਆ ਇਸੇ ਕਰਕੇ ਸੀ ਪਿੱਛੇ ਆ ਜੇ ਇਸੇ ਕਰਕੇ ਬਾਣੀ ਦੱਸਦੀ ਅਸੀਂ ਤੇ ਸਵਾਂਗ ਭੇਟਾਂ ਵਿੱਚ ਰੱਬ ਨੂੰ ਠੱਗ ਲੈਨੇ ਕਿ 15 ਰੁਪਈਆਂ ਦਾ ਨੋਟ ਵੀ ਪਾ ਜਾਂਦੇ 10 12 ਡੀਪੀਆਂ ਲੱਗੀਆਂ ਹੁੰਦੇ ਨੋਟ ਹਾਲੇਲੂਇਆ ਹਾਲੇਲੂਇਆ ਇੱਥੇ ਚੇਲਾ ਨਹੀਂ ਉਹਦੇ ਨਾਲ ਦਾ ਤੇ ਅਸੀਂ ਕੀ ਯਕੀਨ ਕਰਨਾ ਅੱਜ ਦਾ ਵਿਸ਼ਵਾਸੀ ਕੀ ਯਕੀਨ ਕਰੂਗਾ ਮੇਰੇ ਭੈਣੋ ਤੇ ਭਰਾਓ ਅਸੀਂ ਤਦੇ ਅੱਗੇ ਵੱਧ ਸਕਦੇ ਹਾਂ ਜੇ ਅਸੀਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਾਂਗੇ ਉਹਦੇ ਅਧੀਨ ਹੋ ਜਾਵਾਂਗੇ ਨਮਰ ਹੋ ਜਾਵਾਂਗੇ ਉਹਦੇ ਵਚਨ ਤੋਂ ਕੰਬਾਂਗੇ ਡਵਾਂਗੇ ਆਪਣੇ ਮਨ ਦੇ ਅੰਦਰ ਉਹਨੂੰ ਵਸਾਵਾਂਗੇ ਹੁਣ ਇੱਥੇ ਤਾਂ ਪਈਆਂ ਗਾਲਾਂ ਈਰਖਾ ਜੈਲਸ ਕਈ ਤਰ੍ਹਾਂ ਦੀਆਂ ਗੱਲਾਂ ਪਈਆਂ ਫਲਾਂਦੇ ਨੇ ਫਲਾਂਦੇ ਵਿਆਹ ਤੇ ਮੈਨੂੰ ਵਧੀਆ ਸੂਟ ਨਹੀਂ ਦਿੱਤਾ ਕੋਈ ਨਹੀਂ ਆ ਲੈਣ ਦੇ ਅਸੀਂ ਵੀ 100 ਵਾਲਾ ਹੀ ਲੈ ਕੇ ਦੇਣਾ ਏਦਾਂ ਦੀਆਂ ਜੈਲਸਾਂ ਸਾਡੇ ਅੰਦਰ ਪਈਆਂ ਲੈ ਉਹਨੇ ਤਾਂ ਰੋਟੀ ਨਹੀਂ ਸੀ ਪੁੱਛੀ ਅਸੀਂ ਚਾਹ ਵੀ ਨਹੀਂ ਪੁੱਛਣੀ ਏਦਾਂ ਦੀਆਂ ਗੱਲਾਂ ਸਾਡੇ ਅੰਦਰ ਬੜੀਆਂ ਕੀ ਇਹ ਕੱਪੜੇ ਕੀ ਸਾਡੇ ਪੈਸਾ ਸਾਨੂੰ ਬਚਾ ਲੈਗਾ ਨਹੀਂ ਮੇਰੇ ਭੈਣੋ ਤਦੀ ਪਰਮੇਸ਼ਰ ਦੀ ਨਿਗਾਹ ਸਾਡੇ ਉੱਤੇ ਆ ਸਕਦੀ ਆ ਜੇ ਅਸੀਂ ਅਧੀਨ ਤੇ ਨਮਰ ਹੋ ਜਾਂਦੇ ਇੱਥੇ ਨਾਲ ਰਹਿਣ ਵਾਲੇ ਯਿਸੂ ਮਸੀਹ ਦੇ ਜਿਹੜੇ ਯਾਰ ਕਹਾਉਂਦੇ ਸੀ ਚੇਲੇ ਕਹਾਉਂਦੇ ਸੀ ਉਹ ਭੱਜ ਗਏ ਉਹ ਕਹਿੰਦੇ ਸਾਨੂੰ ਨਹੀਂ ਯਕੀਨ ਹੈਗਾ ਖੁਸ਼ੀ ਦਾ ਸਮਾਚਾਰ ਇਹੀ ਹੈ ਕਿ ਯਿਸੂ ਜਿੰਦਾ ਆ ਪਰ ਚੇਲੇ ਯਕੀਨ ਹੀ ਨਹੀਂ ਕਰਦੇ ਕਹਿੰਦੇ ਉਂਗਲਾਂ ਪਾ ਕੇ ਦੇਖਾਂਗੇ ਹੱਥ ਪਾ ਕੇ ਦੇਖਾਂਗੇ ਕਿ ਯਿਸੂ ਉਹੀ ਹਾਂ ਕੋ ਪੜਿਓ 8 ਦਿਨਾਂ ਪਿੱਛੋਂ ਉਹਦੇ ਚੇਲੇ ਫੇਰ ਅੰਦਰ ਸਨ 8 ਦਿਨਾਂ ਦੇ ਬਾਅਦ ਅਤੇ ਥੋਮਾ ਉਹਨਾਂ ਦੇ ਨਾਲ ਸੀ ਥੋਮਾ ਉਹਨਾਂ ਦੇ ਨਾਲ ਸੀਗਾ ਬੂਹੇ ਵੱਜੇ ਹੋਏ ਯਿਸੂ ਆਇਆ ਬੂਹੇ ਵੱਜੇ ਹੋਏ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ ਵਿਚਕਾਰ ਖਲੋ ਕੇ ਬੋਲਿਆ ਤੁਹਾਡੀ ਸ਼ਾਂਤੀ ਹੋਵੇ ਤੁਹਾਡੀ ਸ਼ਾਂਤੀ ਹੋਵੇ ਹਾਂਜੀ ਫਿਰ ਉਹਨੇ ਥੋਮਾ ਨੂੰ ਆਖਿਆ ਫਿਰ ਉਹਨੇ ਥੋਮਾ ਨੂੰ ਆਖਿਆ ਆਪਣੀ ਉਂਗਲ ਉੱਤੇ ਉਰੇ ਕਰ ਆਪਣੀ ਉਂਗਲ ਉਰੇ ਹਾਂ ਮੇਰੇ ਹੱਥਾਂ ਨੂੰ ਵੇਖ ਆਪਣਾ ਹੱਥ ਉਰੇ ਕਰ ਮੇਰੀ ਬੱਖੀ ਵਿੱਚ ਵਾੜ ਬੇਪ੍ਰਤੀਤ ਹਾਂਜੀ ਸਗੋਂ ਪ੍ਰਤੀਤ ਵਾਂਗ ਹੋ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਥੋਮਾ ਨੂੰ ਕਹਿੰਦੇ ਆਪਣਾ ਹੱਥ ਮੇਰੇ ਕੋਲ ਕਰ ਮੇਰੇ ਹੱਥ ਵਿੱਚ ਪਾ ਕੇ ਦੇਖ ਮੇਰੀ ਬੱਖੀ ਵਿੱਚ ਪਾ ਕੇ ਦੇਖ ਦੇਖ ਮੈਂ ਉਹੀ ਹਾਂ ਬੇਪ੍ਰਤੀਤ ਨਾ ਹੋ ਪ੍ਰਤੀਤਵਾਨ ਬਣ ਰੱਬ ਉਹੀ ਆ ਇਨਸਾਨ ਬਦਲਿਆ ਉਹ ਕਹਿੰਦਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਮੈਂ ਇੱਕੋ ਜਿਹਾ ਮੈਂ ਨਾ ਬਦਲਣ ਵਾਲਾ ਪਰਮੇਸ਼ਰ ਆ ਮੈਂ ਮੇਰੇ ਵਾਅਦੇ ਹਾਂ ਤੇ ਆਮੀਨ ਦੇ ਵਿੱਚ ਆ ਜੋ ਕਹਿੰਦਾ ਸੋ ਕਰਕੇ ਦਿਖਾਉ ਅੱਜ ਵੀ ਯਿਸੂ ਕਹਿੰਦਾ ਪ੍ਰਤੀਤਵਾਨ ਹੋਵੋ ਵਿਸ਼ਵਾਸ ਕਰੋ ਅਧੀਨਗੀ ਚ ਰਹੋ ਨਮਰ ਹੋ ਜਾਓ ਵਚਨ ਤੋਂ ਡਰੋ ਪਰ ਅਸੀਂ ਡਰਦੇ ਨਹੀਂ ਜਿੱਦਣ ਤੁਸੀਂ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰ ਲਿਆ ਵਚਨ ਮੰਨਣਾ ਸ਼ੁਰੂ ਕਰ ਲਿਆ ਉਦੋਂ ਤੁਸੀਂ ਪਾਪ ਨਹੀਂ ਕਰੋਗੇ ਅੱਜ ਇਨਸਾਨ ਪਾਪ ਕਰਨ ਲੱਗਾ ਰੱਬ ਨੂੰ ਭੁੱਲ ਜਾਂਦਾ ਡਰਦਾ ਹੀ ਨਹੀਂ ਆਤਮਾ ਕਹਿੰਦਾ ਨਾ ਕਰੀਏ ਗਲਤ ਆ ਪਰ ਇਨਸਾਨ ਕਹਿੰਦਾ ਕੋਈ ਗੱਲ ਨਹੀਂ ਇੱਕ ਵਾਰੀ ਗਲਤ ਹੋ ਜੂ ਪਰ ਇਹਨੂੰ ਅਕਲ ਤਾਂ ਆ ਜੂ ਅਕਲ ਦੇਣ ਦੇ ਚੱਕਰ ਚ ਮੌਤ ਖਰੀਦ ਲੈਂਦਾ ਹਾਲੇਲੂਇਆ ਆਪਾਂ ਕਿਸੇ ਦਾ ਕਿਆ ਨਿਆਂ ਕਰ ਸਕਦੇ ਹਾਂ ਅਸੀਂ ਤਾਂ ਖੁਦ ਪਾਪੀ ਹਾਂ ਸਾਨੂੰ ਪਾਪ ਤੋਂ ਬਚਾਉਣ ਦੇ ਲਈ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਦਿੱਤਾ ਇਹ ਨਾਲ ਦਾ ਚੇਲਾ ਯਕੀਨ ਹੀ ਨਹੀਂ ਕਰਦਾ ਪ੍ਰਭੂ ਯਿਸੂ ਮਸੀਹ ਕਹਿੰਦੇ ਯਕੀਨ ਕਰੋ ਮੈਂ ਅੱਜ ਵੀ ਉਹੀ ਹਾਂ ਮੈਂ ਜੀ ਉੱਠਿਆ ਮੈਂ ਮੁਰਦਾ ਨਹੀਂ ਮੁਰਦਿਆਂ ਤੇ ਯਕੀਨ ਕਰਨਾ ਬੰਦ ਕਰ ਦਿਓ ਹਾਲੇਲੂਇਆ ਹਾਂਜੀ ਅਗਲੀ ਲਾਈਨ ਪੜ੍ਹੋ ਥੋਮਾ ਨੇ ਉਹਨੂੰ ਉੱਤਰ ਦਿੱਤਾ ਹੇ ਮੇਰੇ ਪ੍ਰਭੂ ਮੇਰੇ ਪਰਮੇਸ਼ਰ ਯਿਸੂ ਨੇ ਉਸਨੂੰ ਆਖਿਆ ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪ੍ਰਤੀਤ ਕੀਤੀ ਥੋਮਾ ਨੂੰ ਕੀ ਆਖਿਆ ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਤੈਂ ਮੈਨੂੰ ਦੇਖਿਆ ਤੈਂ ਇਸ ਕਰਕੇ ਪ੍ਰਤੀਤ ਕੀਤੀ ਆ ਹਾਂਜੀ ਅੱਗੋ ਪੜ੍ਹਦੇ ਹੋ ਧੰਨ ਹੈ ਉਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪ੍ਰਤੀਤ ਕਰਦੇ ਹਨ ਉਹ ਕੀ ਹੈ ਧੰਨ ਆ ਤੁਸੀਂ ਤੇ ਮੈਂ ਯਿਸੂ ਮਸੀਹ ਨੂੰ ਦੇਖਿਆ ਨਹੀਂ ਪਰ ਉਹਦੇ ਕੰਮਾਂ ਤੋਂ ਅਸੀਂ ਜਾਣਦੇ ਕਹਿੰਦਾ ਉਹ ਧੰਨ ਆ ਕਹਿੰਦਾ ਤੈਂ ਤਾਂ ਮੈਨੂੰ ਦੇਖਿਆ ਤਦ ਤੂੰ ਯਕੀਨ ਕਰਦਾ
इसलिए मेरे भैनों ते भराओ रब दे काम साडी जिंदगी विच बहुत हो गया। आ सारा सृष्टि दे उत्ते जो भी रचना है ये सारी परमेश्वर दी है। इहनूं देख के की सानूं धन्नवाद करना चाहिए, उहदी शुक्रगुजारी, उहदे वचन तों डरना चाहिए। हालेलुया 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 हालेलुया। चेले मुकर गए इंदा जिंदगी इन करदे ने तेनूं बुला नहीं अज कि असं भी इदा नहीं सहित नहीं मेरे भैनों के भराओ असि बिन देखे विश्वास किया परमेश्वर ने सानू धन आखिया। हालेलुया इसलिए असि ओदा धन्नवाद करना ओदी शुक्रगुजारी करनी है ओदी महिमा करनी है। हालेलुया 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 अपने मन मंदिर के अंदर बसाना उसनू। हालेलुया एक होर आज्ञाकारी ओदी पढ़दे हां शुरू तो बड़ी दुआरा तिब्रियास दी झील उते चेलिया नू विखाली दिती जो गलील दे काना दा सिगा जब्दी दे पुत्र चेलिया विचों की कर ला पे चेले जिन चेर प्रभु यीशु मसीह जींदा सी उहदे मगर रहे उदू बाद यकीन करना छड्ड के की ला पे मच्छियां फड़न लग पे। हालेलुया यसु अज भी जिंदा है कि उदो भी जिंदा सी। हां जी अगे पढ़िए ओना उसनु कहा असी भी तेरे नाल चलदे हां ओ निकल के बेड़ी उत्ते चढ़े उस रात कुछ भी नहीं पड़िया जा दिन चढ़न लगा यसु कंडे उत्ते आग लोता आज्ञाकारी नहीं करते फिर असि सारी ओ, लिखा चेले सारी रात मेहनत करते रहे मच्छी फड़ते रहे पल्ले ही कुछ नहीं जब प्रभु यीशु मसीह उन्होंने कोल आ गया तो उन्होंने पछाणिया नहीं। अज साडे नाल भी इदां ही हुंदी रोज प्रभु यीशु मसीह साढ़े बैड दे कोल आउंदा उठो कमलदीप दुआ कर ला भाई उठ शुभम दुआ कर ला ठीक ने चल हो पहला पहला चाह लैके आओ फिर देख दे प्रभु आया कोई गल नहीं बैठ लो को 10 मिनट सा लेंगे ओखा ओखा मलदे चलो जी सूत बात होंदे आ धक्के ना वॉशरूम जाने उदू बाद की है बाहर आने हां चाह लिया ठंडी होगी दोबारा गर्म कर दी दुआ नहीं करते प्रभु यीशु मसीह नूं पछाण दे नहीं सी ओ बैड कोल खड़ा देखदा रहिंदा प्रभु यह कदों धन्नवाद करता यह कदों मैनू किसी काम लई कहिंदा कदों मेरे अधीन हुंदा मैनू बरकत दे के जावां मैं किसी होर भैण भरा दे कोल जाणा ओह अक थक के वापस असि ओदी आज्ञाकारी नहीं करते असि ओदे वचन तो डरते नहीं कंबदे नहीं। पादरी साहब पुछदे कि नक समा प्रार्थना कर लेंदे पादरी साहब 5 मिंट प्रार्थना कर लेंदी सवेर नूं 5 मिंट शाम नूं कर लेंदी ओ दसो 24 घंटिआं दे विचों असि 8 घंटे दिहाड़ी ला के फिर सानूं 300 मिलदा ते 10 मिंट प्रार्थना करके असि 1.25 लाख रब दे कोलों मंगदे मिल जाएगा 10 मिंट प्रार्थना करके असि अनंत जीवन प्राप्त करना चाहुंदे मिलेगा नहीं मिलेगा। 2 घंटे 40 मिनट प्रार्थना करो पूरी आज्ञाकारी करो परमेश्वर
हालेलुया। पछाणे नहीं प्रभु यीशु मसीह नु। हां जी अगों पढ़ दो। हां यीशु ने उनां नु आख्या, ता यीशु मसीह ने उनां नु आख्या, हे जवानो तुसा खान नु कुछ फड़िया। उन्हां ने उनू उत्तर दिता नहीं। प्रभु यीशु मसीह आण के पुछदा, जगदीप भाई राती तैनू को पैसे बचे आ, तू काम कार करके आ। ते जगदीप मूरे जवाब देता, नहीं पास्टर जी कुछ नहीं करता। हालेलुया। अज असी बहुते घर कहने आ पास्टर जी साडे घर च बरकत है, क्योंकि असी रब के अनुसार किया ही नहीं, ओहदे अनुसार ओहदा उहनू दिंदे नहीं, तो बरकत कित्थों आऊगी, आशीष कित्थों आऊगी। फिर असी मेहनत तो करते हैं पर हाथ पले कुछ भी नहीं मिलता। हालेलुया। हाथ खाली दे खाली। इतने भी इन्होंने पूरी रात मेहनत की पर इन्हों के पले कुछ भी हालेलुया। पले कुछ नहीं पिया। हां अगे पढ़ दो। प्रभु यीशु मसीह ने उन्होंने आख्या, बेड़ी दे सज्जे पासे जाल पाओ, ता तुहानू लब्भेगा। प्रभु यीशु मसीह परमेश्वर दे केड़े हत्थ बैठे आ, मतलब साडे सज्जे हत्थ विच बरकत आ। हालेलुया। ते असीं इसे हत्थ नूं की करदे आ, तैं मेरे नाल माड़ा कीता सी। हालेलुया। सज्जे हत्थ जाल पाओ। हां जी, उन्होंने पा लिया, मछिया दे बहुत होने करके फिर खिंच ना सके। कहने कहे अनुसार उन्होंने जाल पाया, कहदी आज्ञाकारी ना पाया। प्रभु यीशु मसीह ने कहा सज्जे हाथ, उन्होंने खब्बे नहीं पाया, सज्जे ही पाया। उस सवेर का वेला सीगा, सवेर दे वेले मच्छी नहीं फड़ी जाती, मच्छी रात नूं फड़ी जाती। सवेर दे वेले जिहड़ी मच्छी आ ओह ठंडे पानी विच जांदी, पर प्रभु यीशु मसीह ने जद उन्हां दे ओहदे कहे अनुसार कीता ते मच्छियां जाल विच फसण लग गईआं, ते इत्थों तक हो गईआं खिंच ना सके। इहदे मेरे अजीजो, जब असीं रब दी आज्ञाकारी करदे आं, ओहदे वचन तों कंबदे आं, ओहदे ते विश्वास रखदे आं, फिर की आ साडे तों बरकत सांभी नहीं जांदी। ਅਸੀਂ ਨਾਲ ਵਾਲੇ ਨੂੰ ਕਹਿੰਦੇ ਆ ਅੱਜ ਸਬਜ਼ੀ ਵਾਧੂ ਬਣ ਗਈ ਹੈ ਭੈਣ, ਥੋੜੀ ਜਿਹੀ ਤੂੰ ਵੀ ਲੈ ਲੈ। ਹਾਲੇਲੂਯਾ। ਅੱਜ ਰੋਟੀ ਸਾਡੇ ਵੱਲ ਨਹੀਂ, ਰੱਬ ਨੇ ਬੜੀ ਆਸ਼ੀਸ਼ ਬਖਤ ਦਿੱਤੀ। ਹਾਲੇਲੂਯਾ। ਫਿਰ ਅਸੀਂ ਮਰੂ ਮਰੂ ਨਹੀਂ ਕਰਾਂਗੇ, ਫਿਰ ਦਿਲ ਖੋਲ ਕੇ, ਪਰ ਕੀ ਆ ਸਭ ਤੋਂ ਪਹਿਲਾਂ ਉਹਦੀ ਆਗਿਆ ਕਰੀ। ਅੱਜ ਕੀ ਕਹਿੰਦੇ ਆ पैसे तो कमाई दे, पर कित्थे जांदे आ, डाक्टर नूं दे आईदे, उह फिर डाक्टर जोगे रहणे। हालेलुया। जिन्ना चिर असीं रब दी आज्ञाकारी नहीं करांगे, उन्ना चिर असीं उहदे स्वर्ग राज विच नहीं बढ़ सकांगे, उन्ना चिर असीं अमीर नहीं होवांगे। हालेलुया। पहला वचन विच अमीर बनना पऊगा, फिर पैसे विच होवांगे। अज लोग की कहिंदे आ मैनू बीमारी तो चंगा कर दे, वह कहता बीमारी तो चंगा तू ना हो, तू यीशु मसीह नूं लै ला, चंगा करन वाले नूं लै ला अपने नाल, बीमारी तो चंगाई ना मंग, चंगा करन वाले नूं ना ले। जे डाक्टर तुहाडे कोल बैठा होगा तुहानूं डर तां नहीं होगा, फिर भजना तां ना पऊगा। आपां की कहिंदे डाक्टर साहब मैनूं इत्थों ठीक करके तोड़ दे, जे आपां डाक्टर ही घरे लिआए। हालेलुया। हां जी अगे पढ़िओ। कहे अनुसार बरकत लैके फिर एंड ते गया, ये तो प्रभु, क्योंकि बरकत कौन दे सकता, परमेश्वर। हालेलुया। इसलिए मेरे भैणों ते भराओ, अगर असीं बरकत लै ते असीं अपने इस मंदर नूं ठीक कर, उहदे अधीन होना, नम्र होना, इह नहीं कि एक एक गाल कढ़ीए ते आपां दस कढ़णियां, इदां दा कुछ नहीं। नम्र हो जाओ, परमेश्वर दी हजूरी जाए छड्ड दिओ, बाकी सारी गल्लां कुछ नहीं।
पाप छड़ दियो, लगता इतने मैं गलत है उस गलती को कट दियो बाप, दोबारा तो आड़ी जिंदगी चीना। प्रभु यीशु जी कहते हो कहे अनुसार करके तो देखो, फिर देखो तुसी नाल दे साथियों ने भी आवाज मारोगे, आ जा भरावा ऐसी कर ऐसी आवाज मार। हाँ जी अगे पढ़ दो। जान शमयोन पत्रस ने ए सुनिया ओ प्रभु है ता इस लई ओ नंगा सी। हाँ जी उत्ते दा लीड़ा लक नाल बंध के झील विच छाल मारी। ਹੋਰ ਚੇਲੇ ਮੱਛੀਆਂ ਦੇ ਜਾਲ ਖਿੱਚਦੇ ਹੋਏ ਬੇੜੀ ਵਿੱਚ ਆਏ ਕਿਉਂਕਿ ਉਹ ਜ਼ਮੀਨ ਤੋਂ ਦੂਰ ਨਹੀਂ ਪਰ 200 ਹੱਥ ਦੇ ਵਿੱਤ ਤੇ ਸੀ ਉਪਰੰਤ ਜਾਂ ਉਹ ਜ਼ਮੀਨ ਉੱਤੇ ਉਤਰੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਸੀ ਔਰ ਉਹਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ ਹਾਂਜੀ ਯੇਸੂ ਨੇ ਉਹਨਾਂ ਨੂੰ ਆਖਿਆ ਉਹਨਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣ ਫੜੀਆਂ। ਸ਼ਮਯੋਨ ਪਤਰਸ ਨੇ ਚੜ ਕੇ ਉਸ ਜਾਲ ਨੂੰ ਜ਼ਮੀਨ ਤੇ ਖਿੱਚਿਆ ਜਿਹਦੇ ਵਿੱਚ 153 ਵੱਡੀਆਂ ਮੱਛੀਆਂ ਸੀਗੀਆਂ ਅਤੇ ਇੰਨੀਆਂ ਮੱਛੀਆਂ ਹੁੰਦਿਆਂ ਵੀ ਉਹ ਜਾਲ ਨਾ ਟੁੱਟਿਆ। ਹਾਂਜੀ ਯੇਸੂ ਨੇ ਉਹਨੂੰ ਆਖਿਆ ਆਓ ਭੋਜਨ ਛਕੋ ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ ਉਹਨੂੰ ਪੁੱਛੇ ਤੂੰ ਕੌਣ ਹੈ ਕੀ ਕਿੱਥੋਂ ਮੰਗੀ ਰੱਬ ਨੇ ਪਹਿਲਾਂ ਬਰਕਤ ਦਿੱਤੀ ਫਿਰ ਮੱਛੀ ਮੰਗੀ। ਤੁਸੀਂ ਪੂਰੇ ਅਧਿਆਏ ਨੂੰ ਪੜ੍ਹਿਆ ਹੁਣ ਕੀ ਕੀਤਾ ਪਹਿਲਾਂ ਉਹਨਾਂ ਨੇ ਕਿਹਾ ਸੱਜੇ ਪਾਸੇ ਜਾ ਫਿਰ ਪੂਰੀਆਂ ਵੱਡੀਆਂ ਵੱਡੀਆਂ 153 ਮੱਛੀਆਂ ਫਿਰ ਚੇਲੇ ਕੀ ਅੱਗ ਵਾਲ ਕੇ ਉਹ ਉਹਨਾਂ ਨੇ ਹਾਲਾਂਕਿ ਮੱਛੀ ਰੱਖੀ ਹੋਈ ਆ ਉੱਤੇ ਰੋਟੀ ਪਈ ਆ ਪਰ ਕੀ ਆ ਉਹਨ ਪਤਰਸ ਨੂੰ ਕਿਹਾ ਪਤਰਸ ਉਹਨਾਂ ਮੱਛੀਆਂ ਵਿੱਚੋਂ ਲੈ ਕੇ ਉਹ ਮੱਛੀਆਂ ਕਿਹਦੇ ਕਹਿਣ ਦੇ ਜਾਲ ਵਿੱਚ ਫਸੀਆਂ ਪਰਮੇਸ਼ਰ ਦੇ ਉਹ ਬੇੜੀ ਕਿਹਦੇ ਕਹਿਣ ਦੇ ਭਰ ਗਈ ਪ੍ਰਭੂ ਯਿਸੂ ਉਹਦੇ ਵਿੱਚੋਂ ਉਹਨ ਇੱਕ ਮੱਛੀ ਲਈ ਚੇਲਿਆਂ ਦੇ ਨਾਲ ਬੈਠ ਕੇ ਕੀਤੀ ਉਸ ਮੱਛੀ ਨੂੰ ਭੁੰਨਿਆ ਤੇ ਰੋਟੀ ਕਰ ਕਿਸੇ ਦਾ ਹਿਉਂ ਨਹੀਂ ਪਿਆ ਕਿ ਤੂੰ ਕੌਣ ਹੈ ਰੱਬ ਏਦਾਂ ਨਾ ਮੇਰੇ ਪੈਰਾਂ ਤੇ ਪੜਾਓ ਉਹ ਸਾਨੂੰ ਸਾਡਾ ਰੱਖਦਾ ਨਹੀਂ ਪਹਿਲਾਂ ਸਾਨੂੰ ਦਿੰਦਾ ਬਾਅਦ ਚ ਸਾਡੇ ਤੋਂ ਲੈਂਦਾ। ਹਾਲੇਲੂਇਆ ਤੇ ਅੱਜ ਅਸੀਂ ਦੇਣਾ ਹੀ ਨਹੀਂ ਚਾਹੁੰਦੇ। ਹਾਲੇਲੂਇਆ ਅੱਜ ਅਸੀਂ ਬੀਜਣਾ ਹੀ ਨਹੀਂ ਚਾਹੁੰਦੇ ਅੱਜ ਅਸੀਂ ਬੀਜਦੇ ਨਹੀਂ ਕਿਤੇ ਸਾਨੂੰ ਲੋੜ ਹੀ ਨਹੀਂ ਹੈਗੀ। ਅਗਰ ਅਸੀਂ ਤੁਸੀਂ ਪਰਮੇਸ਼ਰ ਦੇ ਕਹੇ ਅਨੁਸਾਰ ਕਰਕੇ ਤਾਂ ਦੇਖੋ ਉਹਦੇ ਤੇ ਵਿਸ਼ਵਾਸ ਲਿਆ ਕੇ ਤਾਂ ਦੇਖੋ ਤੁਸੀਂ ਇੱਕ ਦਿਨ ਨਹੀਂ ਦੋ ਦਿਨ ਨਹੀਂ ਇੱਕ ਮਹੀਨਾ ਦਸਵੰਧ ਕੱਢ ਕੇ ਤਾਂ ਦੇਖੋ ਉਹਦੇ ਕਹੇ ਅਨੁਸਾਰ 2 ਘੰਟੇ 40 ਮਿੰਟ ਪ੍ਰਾਰਥਨਾ ਕਰੋ ਤੁਸੀਂ ਬਾਈਬਲ ਪੜ੍ਹੋ ਤੁਸੀਂ ਦੇਖੋ ਤੁਹਾਡੀਆਂ ਜ਼ਰੂਰਤਾਂ ਕੀ ਮਨੋਰਥ ਪੂਰੇ ਸਰੀਰ ਦੀਆਂ ਤੇ ਪੂਰੀਆਂ ਹੋਣਗੀਆਂ ਹੋਣਗੀਆਂ ਸਵਰਗ ਲੈ ਕੇ ਜਾਣ ਦੇ ਲਈ ਵੀ ਤੁਸੀਂ ਤਿਆਰ ਹੋ। ਅੱਜ ਅਸੀਂ ਬਿਮਾਰ ਕਿਉਂ ਹਾਂ ਪਾਪ ਵਿੱਚ ਕਿਉਂ ਹਾਂ ਕਿਉਂਕਿ ਅਸੀਂ ਆਗਿਆਕਾਰੀ ਨਹੀਂ ਕਰਦੇ। ਹਾਲੇਲੂਇਆ ਹਾਲੇਲੂਇਆ ਅਸੀਂ ਉਹਦੀ ਸੁਣਦੇ ਹੀ ਨਹੀਂ ਉਹ ਕੀ ਕਹਿੰਦਾ ਅਸੀਂ ਆਪਣੀ ਦੱਸਦੇ ਨੇ ਪ੍ਰਭੂ ਅੱਜ ਇੱਦਾਂ ਕਰਦੇ ਅੱਜ ਰਸੋਈ ਸਿਲੰਡਰ ਹੈ ਨਹੀਂ ਅੱਜ ਚਾਹ ਪੱਤੀ ਹੈ ਨਹੀਂ ਅੱਜ ਖੰਡ ਹੈ ਨਹੀਂ ਅੱਜ ਆ ਨਿਆਣਿਆਂ ਦੇ ਗਰਮੀ ਵਾਲੇ ਕੱਪੜੇ ਲੈਣੇ ਆ ਉਹ ਫਲਾਨਾ ਲੈਣਾ ਆ ਇੰਨੇ ਕੁ ਪੈਸੇ ਦੇ ਦੇ ਉਹ ਕਹਿੰਦਾ ਚੱਲ ਜੇ ਤੈਨੂੰ ਇੰਨੇ ਕਹਿੰਦੇ ਲੈ ਲਾ ਭਰਾਵਾ ਪਰ ਉਹ ਕੀ ਕਹਿੰਦਾ 9 ਤੇਰੇ 10ਵਾਂ ਮੇਰਾ ਅਸੀਂ 10ਵਾਂ ਵੀ ਨਹੀਂ ਉਹ ਵੀ ਖਾ ਜਾਂਦੇ। ਹਾਲੇਲੂਇਆ ਇਸ ਲਈ ਮੇਰੇ ਭਰਾਣੋ ਤੇ ਭਰਾਓ ਰੱਬ ਦੇ ਕਹੇ ਅਨੁਸਾਰ ਕਰਕੇ ਦੇਖੋ ਉਹਦੇ ਵਿੱਚ ਕੀ ਆ ਕਹੋਤਾ 3 ਵਾਪ ਕੱਢੀਏ ਕਹੋਤਾਂ ਦੀ ਕਿਤਾਬ ਉਹਦੀ 3 ਵਾਪ ਕੱਢੀਏ ਉਹਦੀ 1 ਤੋਂ ਪੜੋ ਹੇ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਨਾ ਭੁੱਲ ਮੇਰੀ ਤਾਲੀਮ ਨੂੰ ਨਾ ਭੁੱਲ ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ
रब की कहिंदा हे मेरे पुत्र मेरे वचनां नूं ना भुली अपने दिल दे नाल मेरे हुक्मां नूं मान। हां जी क्यों जो उम्र दी लंबाई जीवन दे भरे शांति तेरे लिए वधाऊंगे जैसी रब की आज्ञाकारी करांगे ओदे कहे अनुसार करांगे तां साडे उम्र दे भरे वध अगर असीं ओदे वचन की तलीम नूं याद रखांगे हालेलुया पर अज की कहते हैं प्यो नूं तां बुढ़ा दस दे लै इहनूं तां अकल ही है नहीं ना जिसमानी रब नूं की दस दे जाप ही दसी जाने मैं आ घर दा ने किहड़ा हर ऐतवार बंद कीते जाओ यह किहड़ा तरीका है रब उदां वी तां दिंदा ही आ ਉਹ ਦਿੰਦਾ ਆ ਦੁੱਖ ਦੀ ਰੋਟੀ ਦਿੰਦਾ ਹੈ ਫਿਰ ਨਾਲੇ ਰਾਤ ਨੂੰ ਰੋਟੀ ਖਾਂਦੇ ਆ ਤੇ ਰੋਟੀ ਖਾਣ ਤੋਂ ਪਹਿਲਾਂ ਕੀ ਕਹਿੰਦੇ ਉਹ ਜਾਇਓ ਰਾਜਨ ਦੇ ਆ ਗੈਸ ਬਹੁਤ ਬਣ ਗਈ ਆ ਗੋਡੇ ਖੜ ਗਏ ਫੇਂਦਾ ਮਿਲਦੀ ਹੈ ਹਾਲੇਲੂਯਾ ਹਾਲੇਲੂਯਾ ਹਾਂਜੀ ਅੱਗੋਂ ਪੜ੍ਹ ਦਿਓ ਦੇ ਆ ਤੇ ਸੱਚਾਈ ਤੈਨੂੰ ਨਾ ਛੱਡਾਂ ਸ਼ੁਰੂ ਤੋਂ ਪੜ੍ਹ ਫੇਰ ਦੁਬਾਰਾ ਹੇ ਮੇਰੇ ਪੁੱਤਰ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਮੇਰੀ ਤਲੀਮ ਨੂੰ ਨਾ ਭੁੱਲ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਉਹਦੇ ਹੁਕਮ ਕੀ ਆ ਆਪਾਂ ਪੜ੍ਹ ਰੱਖੇ ਵਿਸ਼ਵਾਸ ਕਰੋ ਉਹਦੇ ਅਧੀਨ ਹੋ ਜਾਓ ਨੰਬਰ ਹੋ ਜਾਓ ਜੋ ਰੱਬ ਕਹਿੰਦਾ ਉਹ ਕਰੋ ਉਹ ਵਚਨ ਦੇ ਅਕੋਰਡਿੰਗ ਪੂਰੇ ਹੋਵੋ ਬਾਈਬਲ ਟੂ ਅਕੋਰਡਿੰਗ ਪੂਰੇ ਹੋਵੋ ਦੋ ਘੰਟੇ 40 ਮਿੰਟ ਪ੍ਰਾਰਥਨਾ ਆਪਣੇ ਪਾਪਾਂ ਦਾ ਪਛਤਾਪ ਉਹਦੇ ਰਾਜ ਦੀ ਖੋਜ ਕਰੋ ਆਪਣਾ ਦਸਵੰਧ ਸਮੇਂ ਸਿਰ ਦਿਓ ਦੇਖੋ ਤਾਂ ਤੁਸੀਂ ਬਿਮਾਰ ਹੁੰਦੇ ਤੁਹਾਨੂੰ ਘਾਟਾ ਪਏਗਾ ਕਦੀ ਵੀ ਨਹੀਂ ਪਏਗਾ ਹਾਂਜੀ ਕਿਉਂ ਜੋ ਉਮਰ ਦੀ ਲੰਬਾਈ ਜਿਉਣ ਦੇ ਭਰੇ ਅਤੇ ਸ਼ਾਂਤੀ ਤੇਰੇ ਲਈ ਇਹ ਆ ਗਿਆ ਘਰ ਹੀ ਸਾਡੀ ਜਿਹਨੂੰ ਬਿਮਾਰੀ ਲੱਗ ਜਾਂਦੀ ਉਧਰ ਅੱਜ ਵੀ ਮਰਿਆ ਕੱਲ ਵੀ ਮਰਿਆ ਜੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੋਊਗੀ ਉਹਦੀ ਆਪੇ ਹੀ ਉਮਰ ਲੰਬੀ ਹੋ ਜੂ ਘਰ ਦੇ ਵਿੱਚ ਕੋਈ ਟੈਨਸ਼ਨ ਨਹੀਂ ਉਹ ਵਧੀਆ ਰੋਟੀ ਖਾਣਗੇ ਨਾ ਕਮਾਉਣ ਵਾਲੇ ਨੂੰ ਟੈਨਸ਼ਨ ਹੋਊਗੀ ਨਾ ਖਾਣ ਵਾਲੇ ਨੂੰ ਟੈਨਸ਼ਨ ਹੋਊਗੀ ਘਰ ਦੇ ਵਿੱਚ ਬਿਮਾਰੀ ਨਹੀਂ ਦਾਲਦਰੀ ਹੈ ਨਾ ਹਾਲੇਲੂਯਾ ਹਾਂਜੀ ਅੱਗੇ ਪੜ੍ਹ ਦਿਓ ਦਇਆ ਅਤੇ ਸੱਚਾਈ ਤੈਨੂੰ ਨਾ ਛੱਡੇ ਕਹਿੰਦਾ ਤੇਰੇ ਅੰਦਰੋਂ ਦਇਆ ਕਦੀ ਖਤਮ ਨਹੀਂ ਹੋਣੀ ਚਾਹੀਦੀ ਤੇ ਨਾ ਸੱਚਾਈ ਤੇਰੇ ਅੰਦਰੋਂ ਕਦੀ ਖਤਮ ਹੋਣੀ ਚਾਹੀਦੀ ਤੂੰ ਛੱਡੀ ਨਾ ਤੇ ਅੱਜ ਦਇਆ ਤੇ ਸੱਚਾਈ ਅਸੀਂ ਸਾਈਡ ਤੇ ਰੱਖ ਦਿੰਦੇ ਹਾਂ ਝੂਠ ਨੂੰ ਕਹਿੰਦੇ ਆ ਜਾ ਮੇਰੇ ਨਾਲ ਤੂੰ ਮੇਰਾ ਭਰਾ ਬਾਹਰ ਤਾਂ ਬੋਲਣੇ ਬੋਲਣਾ ਹੀ ਘਰਦਿਆਂ ਨੂੰ ਬੋਲ ਕੇ ਜਾਂਦੇ ਆ ਤੇ ਉਹੀ ਆਦਤ ਸਾਡੇ ਬੱਚਿਆਂ ਨੂੰ ਪੈ ਜਾਂਦੀ ਫਿਰ ਕੀ ਕਹਿੰਦੇ ਸਾਡੇ ਬੱਚੇ ਝੂਠ ਬੋਲਣ ਲੱਗ ਪਏ ਅਸੀਂ ਤਾਂ ਸਿਖਾਇਆ ਨਹੀਂ ਰੱਬ ਕਹਿੰਦਾ ਤੂੰ ਨਹੀਂ ਸਿਖਾਇਆ ਇਹ ਤੇਰੇ ਵੱਲੇ ਦੇਖ ਕੇ ਬੋਲਣ ਲੱਗੇ ਹਾਲੇਲੂਯਾ ਕਿਉਂਕਿ ਸਾਡੇ ਕੋਲ ਸਿੱਖਿਆ ਹੋ ਜੇ ਸਾਡੇ ਕੋਲ ਵਚਨ ਦੀ ਸਿੱਖਿਆ ਹੋਵੇ ਸਾਡੇ ਬੱਚੇ ਕੀ ਆ ਵਚਨ ਦੇ ਅਨੁਸਾਰ ਝੂਠ ਬੋਲਣ ਤੋਂ ਪ੍ਰੇਜ ਕਰਨਗੇ ਹਾਲੇਲੂਯਾ ਹਾਂਜੀ ਅੱਗੇ ਪੜ੍ਹਦੇ ਹੋ ਉਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ ਲੈ ਹਾਂ ਪੜ੍ਹ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਸੱਚਾਈ ਨੂੰ ਕਹਿੰਦਾ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਹਾਂਜੀ ਤਾਂ ਤੂੰ ਪਰਮੇਸ਼ਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੇ ਪਾਏਗਾ ਹੁਣ ਦੱਸੋ ਅੱਜ ਕਈ ਹਾਂ ਬੰਦਿਆਂ ਦੀ ਬੰਦੇ ਇੱਜ਼ਤ ਨਹੀਂ ਕਰਦੇ ਉਹ ਬੰਦੇ ਦੀ ਨਿਗਾਹ ਵਿੱਚ ਵੀ ਮਾੜਾ ਤੇ ਰੱਬ ਦੀ ਨਿਗਾਹ ਵਿੱਚ ਵੀ ਮਾੜਾ ਕਿਉਂਕਿ ਉਹਦੇ ਕੰਮ ਅਜਿਹੇ ਆ ਜੇ ਉਹ ਕੰਮ ਭੈੜੇ ਛੱਡ ਦੇਵੇ ਉਹ ਕਹਿੰਦਾ ਬੰਦੇ ਦੀ ਨਿਗਾਹ ਵਿੱਚ ਵੀ ਤੇ ਰੱਬ ਦੀ ਨਿਗਾਹ ਵਿੱਚ ਵੀ ਤੂੰ ਨੇਕ ਨਾਮ ਹੀ ਪਾ ਲੈ ਹਾਲੇਲੂਯਾ ਹਾਲੇਲੂਯਾ ਪਰ ਅਸੀਂ ਪਾਉਣਾ ਨਹੀਂ ਚਾਹੁੰਦੇ ਹਾਂਜੀ ਅੱਗੇ ਪੜ੍ਹ ਦਿਓ ਆਪਣੇ ਪੂਰੇ ਦਿਲ ਦੇ ਨਾਲ ਯਹੋਵਾ ਉੱਤੇ ਭਰੋਸਾ ਰੱਖ ਆਪਣੀ ਹੀ ਸਮਝ ਉੱਤੇ ਅਤਵਾਰ ਨਾ ਕਰ ਅੱਜ ਅਸੀਂ ਆਪਣੀ ਸਮਝ ਦੇ ਨਾਲ ਕੀ ਕਰ ਲੈ ਨੁਕਸਾਨ ਕਰ ਹਾਲੇਲੂਯਾ ਇਸ ਲਈ ਰੱਬ ਦੇ ਅਧੀਨ ਹੋ ਜਾਓ ਜਿਜੋ ਉਹਦੇ ਕਹੇ ਅਨੁਸਾਰ ਕਰਕੇ ਤਾਂ ਦੇਖੋ ਬਰਕਤ ਤੇ ਬਰਕਤ ਆਵੇਗੀ ਆਸ਼ੀਸ਼ ਤੇ ਆਸ਼ੀਸ਼ ਆਵੇਗੀ ਹੁਣ ਮਾਂ ਨੂੰ ਇਹ ਨਹੀਂ ਕਹਿਣਾ ਪਹਿਲਾਂ ਮੈਂ ਉਂਗਲ ਪਾ ਕੇ ਦੇਖਣੀ ਹੈ ਹਾਲੇਲੂਯਾ ਇਹ ਨਹੀਂ ਕਹਿਣਾ ਪਹਿਲਾਂ ਮੈਨੂੰ ਦੇ ਤੁਸੀਂ ਵਿਸ਼ਵਾਸ ਕਰੋ ਕਰਕੇ ਦੇਖੋ ਬੀਜ ਕੇ ਦੇਖੋ ਪਰਮੇਸ਼ਰ ਤੁਹਾਡੇ ਲਈ ਸਵਰਗ ਦੇ ਦੁਆਰ ਖੋਲ ਹਾਂਜੀ
अपने सारे राह कहते तो मार्ग से चलता रब न पछाण रब की हो जाए। हाँ जी तेरे मार्ग सीधा करे कौन? रब तेरे राह सीधा करे, बंदा नहीं कुछ सीधा करता। पर शर्त यह आ पत्रस वांगू ओदे कहे अनुसार जाल पाना पैना, ओनू पछाणना पैना, ओदे नाल वफादार रहना पैना, ओदियां गल्लां उत्ते चित लाउणा पैना। लो मैं कहना जुड़ता दुनिया का किड्डा मर्जी जादूगर तुहाडे सामने आण के बैठ जावे, ओनू कह कर जादू करो काले इलम वाले नूं को करे सवाल ही नहीं पैदा, तुहाडा वाल वी मिलदा सुणदे। जादू साडे ते कदों चलदा? जदों असीं खुद जादू हो जांदे, खुद नहीं किसी ओदी रब की आज्ञा कारी कर उदो जादू साढ़े काम कर। हालेलुया। हाँ जी तू अपनी निगाह विच बुद्धवान ना हो। बंदा कहता मैं बहुत समझदार रब की कलाम च लिखा बाणी च लिखा रब ने मूर्खा नु चुनिया ज्ञानवाना नु नहीं चुनिया। बिलकुल सीधे साधे पढ़ लो। हाँ जी यहोवा दा पैर रख, रब दा डर रख, बुराई तो लांभे रख। ते अज असीं की करदे? बुरा करन विच गाले हुंदे। हां जी इस तो तेरी नाभी निरोग रहे, तेरिया हड्डियां पुष्ट रहन। अज दर्द कित्थे हुंदा? रसौली कित्थे आउंदी? पत्री कित्थे पैंदी? गैस कित्थे बनदी? इत्थे। तो जे ये सिस्टम सही है तो पूरी बॉडी सही, पूरी हड्डियां भी जान रहे। तो जे ये खराब है तो सारा कुछ खराब। यह सब कुछ कदों ठीक हो सकता? जब असी रब की आज्ञा करी, रब की अधीनगी करांगे, उहदे विच नंबर हो जाएंगे। हालेलुया हालेलुया। यह हुण तुहाडे हत्थ फैसला भाई, तुसीं अधीन हो गए बरकत लैनी है या नहीं लैनी। कलाम चो साफ साफ गल्लां असी सीख लईआं, अज असी अंजाण नहीं, अज असी सारा कुछ जान लिया। ਇਹ ਹੁਣ ਤੁਸੀਂ ਕਰਨਾ, 2 ਘੰਟੇ 40 ਮਿੰਟ ਪ੍ਰਾਰਥਨਾ ਤੁਸੀਂ ਕਰਨੀ ਆ, ਵਚਨ ਨੂੰ ਤੁਸੀਂ ਪੜ੍ਹਨਾ, ਉਹਦੇ ਅਨੁਸਾਰ ਤੁਸੀਂ ਜੀਵਨ ਬਤੀਤ ਕਰਨਾ। ਹਾਲੇਲੂਇਆ। ਦੁਆ ਤਾਂ ਪਾਦਰੀ ਕਰੀ ਚੱਲੂਗਾ, ਬਰਕਤ ਵੀ ਮਿਲ ਜੂਗੀ। ਵੀ ਜਿਹੜਾ ਦੁਆ ਕਰੂਗਾ ਬਰਕਤ ਉਹਨੂੰ ਹੀ ਮਿਲੂਗੀ, ਜਿਹੜਾ ਨਹੀਂ ਕਰੂਗਾ ਉਹਨੂੰ ਬਰਕਤ ਨਹੀਂ ਮਿਲਣੀ, ਜਿਹੜਾ ਆਗਿਆਕਾਰੀ ਕਰੂਗਾ ਉਹੀ ਬਰਕਤ ਪਾਏਗਾ। ਹਾਲੇਲੂਇਆ। ਇਸ ਲਈ ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ, ਆਪ ਸਭ ਨੂੰ ਆਸ਼ੀਸ਼ ਦੇਵੇ, आप सब ब्लेस करें। मेरी गल ध्यान दे नाल सुनो, अज तो जे तुसी चाहुंदे रब साडे ते निगाह रखे, रब साडी उम्र दे बरे बढ़ा दे, रब साडी नाभी नूं निरोग कर दे, रब सानूं बरकत आशीष दे दे, तां परमेश्वर दे वचन दे अनुसार करके देखियो तुहानूं सब कुछ मिलदा। हालेलुया हालेलुया। किन्नियां चीजां है रब दे रिहा, लंबी उम्र, शांति, लोकां दे विच इज्जत, रब दी निगाह विच इज्जत, बरकत ते बरकत। होर की चाहिए आप? अनंत जीवन, सदा वाला जीवन, होर की चाहिए आप? ये फ्री में चाहिए सब कुछ। करना की है सिर्फ ओदी भजन बंदगी, 2 घंटे 40 मिनट साढ़ा 2.5 लाख बचाउंदे। डॉक्टर दे आपां सीएमसी बीएमसी हॉस्पिटल कोई एडमिट हो जाता 2-2.5 लाख नॉर्मल है। ते जे 2 घंटे 40 मिनट प्रार्थना कर लीए, रब की आज्ञाकारी कर लीए, सारे तो फ्री, ना डॉक्टर दी सुइयां ते ना 2-2.5 लाख जाऊगा, साडा सेफ ही होगा। ते की आ बंदा कहिंदा नहीं 2 घंटे 40 मिंट नहीं लाउणे, 2.5 लाख दे देणा। डॉक्टर साहब इत्थों को भी पाड़ दिओ, इत्थों को भी पाड़ दिओ, कोई गल नहीं बैठ के खा लांगे। हालेलुया नाले ओ ढड्ड पाड़ दिंदे आ, नाले पैसे ले लैंदे। रब कहिंदा मैं तेरा ढड्ड नहीं पाड़ूंगा। हालेलुया। मैं तेरी उम्र बढ़ा दांगा, तेनू शांति ना भर दांगा। बंदा कहता नहीं जी मैनू ये नहीं चाहिए। कितना खुश हुंदा बंदा जब वो ढड पड़वा के आउंदा, मेरा तो सर्जरी हो गया, ऑपरेशन हो गया, बच गया मैं। वो कहता बच गया नहीं, तू तो जीदा ही मर गया, किसी काम का ही नहीं रहा हूं। हालेलुया। रब की आज्ञाकारी ओदे अधीन हो जा। अगर असी कुछ लैना है, जिंदगी लैनी तद भी सानू ओदे अधीन होना, बरकत लैनी तद भी सानू ओदे अधीन, हर चीज जो सानू चाहिदी आ सानू ओदे अधीन होके लैनी, नहीं तो पैणा दे भराओ फिर शेक वाली थैली च साडे पैसे जांदे आ, ओह तां पई जांदे।
हालेलुया। परमेश्वर के कहे अनुसार करके चेलियां नूं कहा कहिंदा सज्जे पासे पा 153 मछियां बड़ियां बड़ियां मछियां पहला मछियां दित्तियां फिर उन्हां मछियां चों मछी लई पहला नहीं मंगी रब पहला बरकत दिंदा कहिंदा चक जदों तुसीं चर्च विच आउंदे आ तौबा करके पादरी उधर नहीं कहिंदा बाइबल उधर नहीं कहिंदी संबंध दे जब तुसीं तौबा करके रब नूं ग्रहण करदे फिर रब तुहानूं शांति दिंदा बरकत दिंदा फिर पादरी साहब कहिंदे अपना दसवंध कढ के भवन च क्योंकि पहला पैसे पहला दसवंध मंगना शुरू कर दिंदा पादरी कदी भी नहीं कहो पहला पादरी भी सेवक चर्च भी तुहाडे लई दुआ करे हालेलुया रब नूं पछाणो भाई तुहाडे बैड दे लागे तुहाडी डोर उत्ते आण के खड़दा तुहाडे दिल दे दरवाजे ते उहदी आवाज सुणो उह की कहिंदा अज तुसीं उहदी आवाज नूं सुणिया वो कहिंदा नाभी भी निरोग कर देंगा उम्र भी वधा देंगा बरकत भी दे देंगा पर की आ निगाह भी तेरे उत्ते रखांगा पर की आ तू अधीन हो जा ते नम्र हो जा मेरे वचन तो काम ते डर हालेलुया इसलिए आप सब नू परमेश्वर इस चंगे वचन दे उत्ते आशीष ते बरकत देवे आप नू ब्लेस करे आइए अपने हथां नू चुकदे आ और जिथे किथे किसी की कोई प्रॉब्लम है उथे उथे यात्रा करो खुदावन तेरा धन्यवाद तेरा शुक्र महान परमेश्वर तू दयावान परमेश्वर जिथे जिथे भी भैन भरावान ने अपन बीमारियां मुश्किलों लिए हथ रखा प्रभु उतों उतों उन्होंने चंगे तू जून के वरे बता दे पिता लंबी उम्र दे नाभियां निरोग कर दे तेरे लोग तेरे वचन तो जिंदगी पा के जाने सचमुच पिता तू भला परमेश्वर है असि अज अपने आप नूं तेरे अधीन कर दे पिता हालेलुया सारी कलीसिया नूं तेरे अधीन कर तेरे वचन के अनुसार एक चल शांति कर माय लॉर्ड जीसस थैंक यू जो लोग इस वचन नूं सुन तेरे यीशु नाम दे 360 गुणा बरकत पाउंगे और तेरी दया तेरी कृपा और जिन्हें बीमार है तेरे यीशु नाम के नाल चंगे हर एक दे फेफड़े चंगे हो जाए गुरदे चंगे हो जाए पिता मन चंगे हो जाए पिता आत्मे चंगे हो जाए पिता और परिवार चंगे हो जाए हॉस्पिटल वाले रोगी चंगे हो जाए पिता तेरी दया तेरी कृपा जो नहीं आए पिता जब इस वचन सुन पिता तेरे यीशु नाम के नाल महिमा यीशु के नाम आमीन आमीन सारा नजाम सीधी परमेश्वर आप सबनों बरकत देवे। हाँ जी।